ਪੰਜਾਬ ਮੇਲ ਯੂ ਐਸ ਏ ਟੀ ਵੀ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ। ਮੇਰੇ ਵੱਲੋਂ ਯਾਨੀ ਕਿ ਗੁਰਜਤਿੰਦਰ ਸਿੰਘ ਰੰਧਾਵਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਯੂ ਐਸ ਇਮੀਗ੍ਰੇਸ਼ਨ ਐਂਡ ਪੋਲੀਟਿਕਸ ਦਾ ਇਹ ਐਪੀਸੋਡ ਲੈ ਕੇ ਹਾਜ਼ਰ ਹਾਂ। ਸਾਡੇ ਵਿੱਚ ਇੱਕ ਵਾਰੀ ਫਿਰ ਹਾਜ਼ਰ ਆ ਸਰਦਾਰ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾਅ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਦਾਰ ਜਸਪ੍ਰੀਤ ਸਿੰਘ ਜੀ, ਬਹੁਤ ਸਾਰੀਆਂ ਅਤਰਾਅ ਚੜ੍ਹਾਅ ਜਿਹੜੇ ਉਹ ਪਿਛਲੇ ਦਿਨਾਂ ਨੂੰ ਦੇਖਣ ਨੂੰ ਮਿਲੇ। ਜੋ ਬਾਈਡਨ ਜਿਹੜੇ ਕਿ 46ਵੇਂ ਰਾਸ਼ਟਰਪਤੀ ਅਮੈਰੀਕਾ ਦੇ ਚੁਣੇ ਗਏ ਆ, ਅਤੇ ਉਹਨਾਂ ਨੇ ਸਹੁੰ ਚੱਕ ਲਈ ਆ। ਸਹੁੰ ਚੁੱਕਣ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਅਤੇ ਉਹਨਾਂ ਨੇ ਜਿਹੜਾ ਵਾਅਦੇ ਕੀਤੇ ਸੀ ਉਹ ਵੀ ਉਹਨਾਂ ਨੇ ਨਿਭਾਉਣੇ ਸ਼ੁਰੂ ਕਰ ਦਿੱਤੇ ਕਹਿ ਸਕਦੇ ਹਾਂ। ਅਤੇ ਕੀ ਅਪਡੇਟ ਲੈ ਕੇ ਆਇਆ ਜੀ ਉਹਨਾਂ ਬਾਰੇ? ਦੇਖੋ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ, ਆਸ ਰੱਖਦੇ ਸੀਗੇ ਕਿ ਜੇ ਜਿਹੜੀਆਂ ਜੋਰਜੀਆ ਦੀਆਂ ਦੋ ਸੀਟਾਂ ਹੈਗੀਆਂ ਉਹ ਡੈਮੋਕ੍ਰੈਟ ਜਿੱਤਦੇ ਆ, ਉਹਨਾਂ ਦੀ ਮੈਜੋਰਟੀ ਹੁੰਦੀ ਆ ਸੈਨੇਟ 'ਚ, ਤਾਂ ਇਮੀਗ੍ਰੇਸ਼ਨ ਦਾ ਜਿਹੜਾ ਰਿਫੋਰਮ ਬਿੱਲ ਆ ਆਉਣ ਦੀ ਉਮੀਦ ਆ। ਐਗਜੈਕਟਿਵ ਆਰਡਰ ਦਾ ਸਾਨੂੰ ਪਹਿਲਾਂ ਵੀ ਉਮੀਦ ਸੀ, ਉਹਨਾਂ ਨੇ ਕਰਨਾ ਹੀ ਸੀ, ਕਿਉਂਕਿ ਐਗਜੈਕਟਿਵ ਆਰਡਰ ਤਾਂ ਚਾਹੇ ਕਾਂਗਰਸ ਦੇ ਵਿੱਚ ਪ੍ਰੈਜੀਡੈਂਟ ਦੀ ਮੈਜੋਰਟੀ ਹੋਵੇ ਨਾ ਹੋਵੇ, ਉਹ ਤਾਂ ਉਹਦੀ ਆਪਣੀ ਰਾਈਟ ਆ, ਉਹ ਕਰ ਸਕਦਾ ਜੋ ਕਿ ਹੁਣ ਪਿਛਲੇ ਸਮੇਂ 'ਚ ਪ੍ਰੈਜੀਡੈਂਟ ਟਰੰਪ ਨੇ ਸਭ ਤੋਂ ਜ਼ਿਆਦਾ ਕੀਤੇ ਆ। ਅਤੇ ਉਸੇ ਹੀ ਹੁਣ ਪਰੰਪਰਾ ਨੂੰ ਅੱਗੇ ਰੱਖਦੇ ਹੋਏ ਜੋ ਬਾਈਡਨ ਵੀ ਕਰ ਰਹੇ ਆ ਜੀ। ਪਰ ਜਿਹੜਾ ਇਮੀਗ੍ਰੇਸ਼ਨ ਦਾ ਬਿੱਲ ਉਹਨਾਂ ਲਿਆਂਦਾ, ਸਿਟੀਜ਼ਨਸ਼ਿਪ ਐਕਟ ਆਫ 2021, ਇਹ ਇੱਕ ਆਪਣੇ ਆਪ 'ਚ ਇਤਿਹਾਸਿਕ ਲੈਂਡਮਾਰਕ ਆ ਜੀ, ਕਿਉਂਕਿ ਇਹ ਬਿੱਲ ਇਸੇ ਕਰਕੇ ਹੀ ਸੰਭਵ ਹੋਇਆ ਕਿ ਉਹਨਾਂ ਦੀ ਮੈਜੋਰਟੀ ਆ ਗਈ ਹੁਣ ਸੈਨੇਟ 'ਚ। ਅਤੇ ਹੁਣ ਇਹ ਆ ਕਿ ਕਿਉਂਕਿ ਹਾਊਸ ਅਤੇ ਸੈਨੇਟ ਦੋਨਾਂ 'ਚ ਮੈਜੋਰਟੀ ਆ, ਅਤੇ ਉਹਨਾਂ ਨੂੰ ਹੁਣ ਰਿਪਬਲਿਕਨ ਪਾਰਟੀ ਦੀ ਥੋੜ੍ਹੀ ਸਪੋਰਟ ਚਾਹੀਦੀ ਆ, ਵੀ ਪੂਰੀ ਮੈਜੋਰਟੀ ਨਹੀਂ ਚਾਹੀਦੀ। ਅਤੇ ਜੇ ਉਹਨਾਂ ਨੂੰ 1/3 ਬੰਦੇ ਵੀ ਲੱਗ ਜਾਣ ਨਾਲ ਜਾਂ ਉਸ ਤੋਂ ਵੀ ਘੱਟ, ਤਾਂ ਉਹ ਪਾਸ ਹੋ ਜਾਂਦਾ ਜੀ। ਅਤੇ ਇਹ ਜਿਹੜੇ ਬਿੱਲ ਹੈਗੇ ਆ, ਇਹ ਹੁਣ ਤੱਕ ਦੀ ਜਿੰਨੀ ਵੀ ਇਮੀਗ੍ਰੇਸ਼ਨ ਦੀ ਲੈਜਿਸਲੇਸ਼ਨ ਹੋਈ ਆ, ਉਹ ਜੇ ਆਪਾਂ ਕਹਿ ਲਈਏ ਵੀ ਸਾਰਿਆਂ ਤੋਂ ਵਧੀਆ ਇਹ ਬਿੱਲ ਆ, ਤਾਂ ਇਹ ਕੋਈ ਅਤਕਥਨੀ ਨਹੀਂ ਹੋਏਗੀ। ਪਹਿਲਾਂ ਆਪਾਂ ਐਗਜੈਕਟਿਵ ਆਰਡਰਾਂ ਦੀ ਗੱਲ ਕਰਦੇ ਹਾਂ, ਫਿਰ ਆਪਾਂ ਬਿੱਲ ਦੀ ਗੱਲ ਕਰਦੇ ਜੀ। ਸੋ ਐਗਜੈਕਟਿਵ ਆਰਡਰ ਤਾਂ ਉਹਨਾਂ ਨੇ ਬਹੁਤ ਕੀਤੇ ਆ, ਅੱਜ ਵੀ ਕੀਤੇ ਆ, ਲੇਕਿਨ ਜਿਹੜੇ ਇਮੀਗ੍ਰੇਸ਼ਨ ਨਾਲ ਰਿਲੇਟਡ ਐਗਜੈਕਟਿਵ ਆਰਡਰ ਨੇ, ਉਹਨਾਂ 'ਚ ਮੇਨ ਇੱਕ ਤਾਂ ਇਹ ਆ ਕਿ ਜਿਹੜੀ ਪ੍ਰੈਜੀਡੈਂਟ ਟਰੰਪ ਕੰਧ ਬਣਾ ਰਹੇ ਸੀ ਮੈਕਸੀਕੋ ਦੇ ਬਾਰਡਰ 'ਤੇ, ਉਹ ਇਹਨਾਂ ਨੇ ਰੋਕ ਦਿੱਤੀ ਆ, ਕਿਉਂਕਿ ਜਿਹੜੀ ਉਹ ਕੰਧ ਸੀਗੀ ਉਹਦੀ ਕੰਸਟਰਕਸ਼ਨ ਲਈ ਜਿਹੜੀ ਕਾਂਗਰਸ ਆ ਉਹਨੇ ਕੋਈ ਪੈਸਾ ਆਥੋਰਾਈਜ਼ ਨਹੀਂ ਸੀ ਕੀਤਾ ਜੀ। ਉਹ ਜਿਹੜੀ ਇਹ ਬਣਾ ਰਹੇ ਸੀ ਉਹ ਜਿਹੜਾ ਆਪਣਾ ਡਿਫੈਂਸ ਡਿਪਾਰਟਮੈਂਟ ਆ ਉਹਦੇ ਜਿਹੜੇ ਐਮਰਜੈਂਸੀ ਫੰਡ ਆ ਉਹਨਾਂ ਵਿੱਚੋਂ ਬਣਾ ਰਹੇ ਸੀ, ਉਹ ਇਹਨਾਂ ਨੇ ਰੋਕ ਦਿੱਤੀ ਆ ਵੀ ਜਿੱਥੇ ਵੀ ਉਹ ਹੈਗੀ ਆ ਉੱਥੇ ਉਹਨੂੰ ਹੋਲਟ ਕਰਤਾ, ਅਤੇ ਕਿਹਾ ਕਿ ਜਿਹੜੀ ਅਸੀਂ ਸਰਵੇਲੈਂਸ ਕਰਾਂਗੇ ਅਸੀਂ ਉਹ ਤਰੀਕੇ ਨਾਲ, ਜਿਵੇਂ ਅੱਜ ਕੱਲ੍ਹ ਦੇ ਮਾਡਰਨ ਟੈਕਨੀਕਸ ਹੁੰਦੀਆਂ, ਡਰੋਨ ਹੈਗੇ ਆ ਜਾਂ ਇਲੈਕਟ੍ਰੋਨਿਕ ਜਿਹੜੀ ਹੈਗੀ ਸਰਵੇਲੈਂਸ ਹੈਗੀ ਆ ਸੈਟੇਲਾਈਟ ਦੁਆਰਾ ਕੈਮਰਿਆਂ ਰਾਹੀਂ, ਵੀ ਉਹਦੇ ਰਾਹੀਂ ਅਸੀਂ ਬੰਦੇ ਫੜ ਲਾਂਗੇ, ਸਾਨੂੰ ਕੰਧ ਦੀ ਲੋੜ ਨਹੀਂ। ਸੋ ਇੱਕ ਤਾਂ ਉਹ ਹੋਲਟ ਕਰਤਾ, ਦੂਸਰਾ ਜਿਹੜਾ ਡਾਕਾ ਦਾ ਪ੍ਰੋਗਰਾਮ ਸੀਗਾ, ਜਿਹੜੇ ਕਿ ਬੱਚੇ ਆਪਾਂ ਅੱਗੇ ਦੱਸ ਦਿੰਦੇ ਹਾਂ ਆਪਣੇ ਪ੍ਰੋਗਰਾਮ ਦੇ ਦੌਰਾਨ, ਕਿ ਜਿਹੜੇ ਬੱਚੇ ਇੱਥੇ ਛੋਟੀ ਉਮਰ 'ਚ ਅਨਡਾਕੂਮੈਂਟਡ ਆਏ ਆ ਆਪਣੇ ਪੇਰੈਂਟਸ ਨਾਲ, ਅਤੇ ਉਹ ਉਹਨਾਂ ਨੇ ਜਿਹੜਾ ਪ੍ਰੈਜੀਡੈਂਟ ਓਬਾਮਾ ਨੇ ਕੀਤਾ ਸੀ ਪ੍ਰੋਗਰਾਮ, ਉਹ 'ਚ ਇਨਰੋਲ ਕੀਤਾ, ਉਹਨਾਂ ਨੂੰ ਵਰਕ ਪਰਮਿਟ ਮਿਲੇ ਆ, ਉਹਨੂੰ ਟਰੰਪ ਨੇ ਬੰਦ ਕਰਤਾ ਸੀ, ਫਿਰ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਕੀਤਾ ਡਾਕਾ ਵਾਲਿਆਂ ਦੇ, ਉਹ ਜਿਹੜਾ ਪ੍ਰੋਗਰਾਮ ਆ ਉਹਨੂੰ ਦੁਬਾਰਾ ਰੀਇਨਸਟੇਟ ਕਰਤਾ ਪ੍ਰੈਜੀਡੈਂਟ ਬਾਈਡਨ ਨੇ, ਅਤੇ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਪ੍ਰੋਗਰਾਮ ਆ ਬਿਲਕੁਲ ਠੀਕ ਆ, ਅਤੇ ਉਹਦੇ ਤਹਿਤ ਜਿਵੇਂ ਅੱਗੇ ਵਰਕ ਪਰਮਿਟ ਜਾਂ ਟਰੈਵਲ ਡਾਕੂਮੈਂਟ ਮਿਲਦੇ ਸੀ ਉਹ ਮਿਲਦੇ ਰਹਿਣਗੇ। ਤੀਸਰਾ, ਉਹਨਾਂ ਨੇ ਜਿਹੜਾ ਮੁਸਲਿਮ ਬੈਨ ਸੀ, ਜਿਹੜਾ ਕਈ ਮੁਲਕਾਂ ਦੇ ਜਿਹੜੇ ਮੁਸਲਿਮ ਕੰਟਰੀਜ਼ ਦੇ ਵਿੱਚ ਇਹਨਾਂ ਨੇ ਬੈਨ ਲਾਇਆ ਸੀ, ਜਿਵੇਂ ਕਿ ਇਰਾਨ ਹੋ ਗਿਆ, ਲਿਬੀਆ ਹੋ ਗਿਆ, ਸੋਮਾਲੀਆ, ਇੱਦਾਂ ਦੇ ਮੁਲਕ, ਉਹ ਬੈਨ ਖਤਮ ਕਰਤਾ, ਅਤੇ ਉਹਨਾਂ ਨੂੰ ਹੁਣ ਵੀਜ਼ੇ ਮਿਲ ਸਕਣਗੇ। ਓਕੇ। ਉਹਦੇ ਨਾਲ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਸੀਗੀ ਜੈਂਡਰ ਬੇਸ 'ਤੇ ਆਰਮੀ ਵਗੈਰਾ ਜਾਂ ਹੋਰ, ਉਹ ਵੀ ਖਤਮ ਕਰਤੀ ਆ ਜੀ ਜੀ। ਅਤੇ ਇਸ ਤੋਂ ਇਲਾਵਾ ਜਿਹੜੀ ਪੈਰਿਸ ਕਲਾਈਮੇਟ ਸੀਗੀ ਟ੍ਰੀਟੀ, ਉਹਦੇ ਵਿੱਚੋਂ ਟਰੰਪ ਬਾਹਰ ਨਿਕਲ ਗਿਆ ਸੀ, ਇਹਨਾਂ ਨੇ ਉਦੋਂ ਫਿਰ ਜੁਆਇਨ ਕਰ ਲਿਆ। ਓਕੇ। ਜਿਹੜੀ ਵਰਲਡ ਹੈਲਥ ਔਰਗਨਾਈਜੇਸ਼ਨ ਆ ਜੀ, ਉਹਦੇ ਵਿੱਚੋਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਪੁੱਲ ਆਊਟ ਕਰ ਗਈ ਸੀਗੀ, ਉਹਨੂੰ ਵੀ ਜੁਆਇਨ ਕਰ ਲਿਆ ਜੀ ਜੀ। ਸੋ ਉਹ ਸਾਰੇ ਜਿਹੜੇ ਮੇਨ ਸਟੈਪ ਨੇ, ਬਾਕੀ ਕੋਵਿਡ ਰਿਲੇਟਡ ਨੇ ਜੀ, ਜਿਵੇਂ ਉਹਨਾਂ ਨੇ ਇਹ ਵੀ ਮੈਂਡੇਟ ਕੀਤਾ ਵੀ ਜਿਹੜੀ ਫੈਡਰਲ ਇੰਟਰਸਟੇਟ ਕਰੋਸਿੰਗ ਆ ਜਾਂ ਜਿੰਨੀਆਂ ਫੈਡਰਲ ਪ੍ਰੋਪਰਟੀਜ਼ ਨੇ, ਏਅਰਪੋਰਟ ਨੇ, ਜਾਂ ਜਦੋਂ ਆਪਾਂ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦੇ ਹਾਂ, ਅਤੇ ਉਹਨਾਂ ਦੇ ਉੱਤੇ ਮਾਸਕ ਪਾਉਣਾ ਜ਼ਰੂਰੀ ਹੋਏਗਾ। ਓਕੇ। ਅਤੇ ਮਾਸਕ ਮੈਂਡੇਟ ਕਰਤਾ। ਫਿਰ ਉਹਨਾਂ ਨੇ ਜਿਹੜੀ ਫੀਮਾ ਹੈਗੀ ਆ, ਅਤੇ ਉਹ ਜਦੋਂ ਵੀ ਕੋਈ ਡਿਜ਼ਾਸਟਰ ਹੁੰਦਾ ਉਹਨੂੰ ਮੈਨੇਜ ਕਰਨ ਦੀ ਫੈਡਰਲ ਗੌਰਮੈਂਟ ਦੀ ਏਜੰਸੀ ਆ, ਉਹਨੂੰ ਵੀ ਐਕਟੀਵੇਟ ਕੀਤਾ ਇਹਦੇ 'ਚ, ਕਿਉਂਕਿ ਫੀਮਾ ਦੇ ਕੋਲ ਰਿਸੋਰਸ ਬਹੁਤ ਜ਼ਿਆਦਾ ਨੇ, ਉਹਨਾਂ ਕੋਲ ਵੱਡੇ ਲੈਵਲ 'ਤੇ ਵੈਕਸੀਨੇਸ਼ਨ ਕਰ ਸਕਦੇ ਨੇ ਸਟੇਡੀਅਮਾਂ 'ਚ, ਵੱਡੇ ਵੱਡੇ ਜਿੰਮਾਂ 'ਚ, ਅਤੇ ਉਹਨਾਂ ਨੂੰ ਕਿਹਾ ਵੀ ਇਹ ਕਿਉਂਕਿ ਇੱਕ ਡਿਜ਼ਾਸਟਰ ਆ, ਅਤੇ ਇਹਦੇ 'ਚ ਫੀਮਾ ਨੂੰ ਹੁਣ ਇਹਨਾਂ ਨੇ ਸ਼ਾਮਿਲ ਕਰ ਲਿਆ, ਅਤੇ ਉਹ ਵੀ ਹੁਣ ਇੱਕ ਹਿੱਸਾ ਬਣ ਜਾਣਗੇ ਸੀ ਡੀ ਸੀ ਦਾ। ਅੱਗੇ ਤਾਂ ਸੀ ਡੀ ਸੀ ਸੀਗੀ,
ਉਹਦੇ ਨਾਲ, ਕਿਉਂਕਿ ਜਿਹੜੀ ਪ੍ਰੋਬਲਮ ਹੁਣ ਇਹ ਆ ਰਹੀ ਆ ਕਿ ਵੈਕਸੀਨ ਹੈ ਤਾਂ ਇਫੈਕਟਿਵ ਆ ਜੀ, ਜਿਹਨੂੰ ਵੀ ਲੱਗੀ ਆ ਅਤੇ ਉਹ ਸਾਰੇ ਕਹਿ ਰਹੇ ਆ ਕਿ ਇਹ ਰੋਕਦੀ ਆ, ਉਹਨਾਂ ਨੂੰ ਕਿਸੇ ਨੂੰ ਕਰੋਨਾ ਨਹੀਂ ਹੋਇਆ ਜਿਹਨੂੰ ਵੈਕਸੀਨ ਲੱਗੀ ਆ। ਓਕੇ, ਸੋ ਵੈਕਸੀਨ ਬਹੁਤ ਜ਼ਿਆਦਾ ਇਫੈਕਟਿਵ ਹੈ, ਲੇਕਿਨ ਪ੍ਰੋਬਲਮ ਲੱਗਣ ਦੀ ਆ, ਅਤੇ ਉਹਦੀ ਜਿਹੜੀ ਹੁਣ ਲੱਗਣ ਦੀ ਜਿਹੜੀ ਸਪੀਡ ਆ ਬਹੁਤ ਘੱਟ ਆ। ਅਤੇ ਜਿਹੜਾ ਟੀਚਾ ਹੈਗਾ ਬਾਇਡਨ ਐਡਮਿਨਿਸਟ੍ਰੇਸ਼ਨ ਦਾ, ਉਹ ਹੈਗਾ ਵੀ 100 ਮਿਲੀਅਨ ਬੰਦਿਆਂ ਨੂੰ ਵੈਕਸੀਨੇਟ ਕਰਨਾ 100 ਦਿਨ 'ਚ। ਓਕੇ, ਇਹ ਬਹੁਤ ਵੱਡਾ ਟੀਚਾ ਆ ਜੀ, ਅਤੇ ਇਹਦੇ ਵਾਸਤੇ ਉਹਨਾਂ ਨੂੰ ਜ਼ਿਆਦਾ ਜਿਹੜੀਆਂ ਡੋਜ਼ਿਜ਼ ਵੀ ਚਾਹੀਦੀਆਂ, ਉਹਦੇ ਨਾਲ ਨਾਲ ਇਹਨਾਂ ਨੂੰ ਜ਼ਿਆਦਾ ਜਿਹੜੇ ਮਤਲਬ ਟੀਕੇ ਲਾਉਣ ਵਾਲੇ ਹੈਗੇ ਆ ਉਹ ਵੀ ਚਾਹੀਦੇ ਆ, ਜਗ੍ਹਾ ਵੀ ਚਾਹੀਦੀ ਆ, ਫਿਰ ਜਗ੍ਹਾ ਅੱਜ ਕੱਲ੍ਹ ਸੇਫ ਵੀ ਹੋਵੇ ਜਿਵੇਂ 6 ਫੁੱਟ ਦੀ ਦੂਰੀ ਹੈ ਜਾਂ ਉਹ ਸਾਰਾ। ਸੋ ਇਸ ਕਰਕੇ ਉਹਨਾਂ ਨੇ ਹੁਣ ਵਾਰ ਫੁਟਿੰਗ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿੰਨੀ ਦੇਰ ਤੱਕ ਇਹ ਵੈਕਸੀਨ ਨਹੀਂ ਲੱਗਦੀ ਉੰਨੀ ਦੇਰ ਤੱਕ ਜਿਹੜਾ ਮਤਲਬ ਬੈਕ ਟੂ ਨੋਰਮਲ ਨਹੀਂ ਹੋਣਾ, ਨਾ ਇੱਥੇ ਥੀਮ ਪਾਰਕ ਖੁੱਲ੍ਹਣੇ ਆ, ਨਾ ਏਅਰਲਾਈਨਾਂ 'ਚ ਲੋਕੀ ਜਿਹੜੇ ਹੈਗੇ ਅੱਗੇ ਵਾਂਗੂ ਸਫ਼ਰ ਕਰ ਰਹੇ ਆ, ਨਾ ਹੀ ਸਿਨੇਮੇ ਖੁੱਲ੍ਹ ਰਹੇ ਆ, ਅਤੇ ਨਾ ਹੀ ਜਿਹੜੀਆਂ ਫੂਡ ਪਲੇਸਿਸ ਨੇ ਉਹਦੀ ਇਨਡੋਰ ਡਾਇਨਿੰਗ ਚੱਲ ਰਹੀ ਆ, ਉਹਦਾ ਰੈਸਟੋਰੈਂਟਾਂ 'ਤੇ ਬੜਾ ਅਸਰ ਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਇੰਟਰਸਟੇਟ ਟਰੈਵਲ 'ਤੇ ਵੀ ਅਸਰ ਆ, ਮੋਟਲਾਂ 'ਤੇ ਵੀ ਆ, ਸੋ ਹਰ ਚੀਜ਼ 'ਤੇ ਅਸਰ ਆ, ਉਹ ਜਿਹੜੀ ਵੈਕਸੀਨੇਸ਼ਨ ਤੋਂ ਬਾਅਦ ਹੀ ਹੋਣਾ, ਸੋ ਉਹਦੀ ਸਪੀਡ ਅਪ ਕਰਨ ਵਾਸਤੇ ਵੀ ਇਹਨਾਂ ਨੇ ਕੀਤਾ। ਜੀ ਜੀ ਜੀ। ਅਤੇ ਇਸ ਤੋਂ ਬਾਅਦ ਜਿਹੜੀ ਮੇਨ ਚੀਜ਼ ਆ ਜਿਹੜੀ ਕਿ ਇੱਕ ਇਹਨਾਂ ਨੇ ਹੋਰ ਕੀਤਾ ਐਗਜੈਕਟਿਵ ਆਰਡਰ ਜਿਹੜਾ ਕਿ ਇਮੀਗ੍ਰੇਸ਼ਨ ਨਾਲ ਸੰਬੰਧਿਤ ਆ, ਉਹ ਇਹ ਕੀਤਾ ਵੀ ਇਹਨਾਂ ਨੇ ਕਿਹਾ ਵੀ ਜਿੰਨੇ ਵੀ ਟਰੰਪ ਨੇ ਰੂਲ ਬਣਾਏ ਸੀ ਅੱਡਾ ਡਿਪਾਰਟਮੈਂਟਾਂ ਦੇ ਇਨਕਲੂਡਿੰਗ ਇਮੀਗ੍ਰੇਸ਼ਨ ਅਤੇ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੂੰ ਕਹਿਤਾ ਵੀ ਉਹ ਸਾਰੇ ਫਰੀਜ਼ ਕਰਤੇ ਆ, ਅਤੇ ਉਹ ਡਿਪਾਰਟਮੈਂਟਾਂ ਨੂੰ ਕਿਹਾ ਵੀ ਕੋਈ ਵੀ ਰੂਲ ਇੰਪਲੀਮੈਂਟ ਕਰਨ ਤੋਂ ਪਹਿਲਾਂ ਸਾਨੂੰ ਪੁੱਛਿਆ ਜਾਵੇ ਜੀ ਵੀ ਜਿਹੜੇ ਹੁਣ ਟਰੰਪ ਨੇ ਪਿਛਲੇ 5-6 ਮਹੀਨਿਆਂ ਦੇ ਵਿੱਚ ਜਿੰਨੇ ਇਮੀਗ੍ਰੇਸ਼ਨ ਦੇ ਰੂਲਸ ਬਣਾਏ ਉਹਨਾਂ ਵਿੱਚੋਂ ਵੈਸੇ ਕਾਫੀ ਤਾਂ ਕੋਰਟਾਂ ਨੇ ਸਟੇਅ ਕਰਤੇ ਆ, ਉਹਨਾਂ 'ਚੋਂ ਆਲਮੋਸਟ ਜੇ ਆਪਾਂ ਕਹੀਏ ਕਿ 90% ਤੋਂ ਉੱਪਰ ਤਾਂ ਪਹਿਲਾਂ ਹੀ ਸਟੇਅ ਹੋ ਚੁੱਕੇ ਆ। ਹੁਣ ਜਿਹੜੇ ਸਟੇਅ ਹੋ ਗਏ ਅਤੇ ਬਾਇਡਨ ਐਡਮਿਨਿਸਟ੍ਰੇਸ਼ਨ ਨੇ ਤਾਂ ਅਪੀਲ ਕਰਨੀ ਨਹੀਂ ਕਿਸੇ ਕੋਰਟ ਦੀ, ਸੋ ਸਟੇਅ ਹੀ ਰਹਿਣਗੇ, ਪਰ ਉੱਦਾਂ ਵੀ ਇਹਨਾਂ ਨੇ ਕਰਤਾ ਵੀ ਕੋਈ ਵੀ ਡਿਪਾਰਟਮੈਂਟ ਦਾ ਜਿਹੜਾ ਕੋਈ ਅਫਸਰ ਹੈ ਜਾਂ ਮੁਖੀ ਆ ਉਹ ਕੋਈ ਵੀ ਰੂਲ ਜਿਹੜਾ ਟਰੰਪ ਨੇ ਬਣਾਇਆ ਉਹ ਇੰਪਲੀਮੈਂਟ ਨਾ ਕਰੇ ਸਾਨੂੰ ਪੁੱਛੇ ਬਿਨਾਂ। ਸੋ ਇਹਦੇ ਨਾਲ ਵੀ ਜਿਹੜੇ ਉਹਨਾਂ ਦੇ ਜਿਹੜੇ ਇੱਦਾਂ ਦੇ ਉਹਨਾਂ ਨੇ ਹੁਣ ਕਈ ਜਿਹੜੀਆਂ ਹੈਗੀਆਂ ਰਿਸਟ੍ਰਿਕਸ਼ਨਸ ਕੀਤੀਆਂ ਸੀ ਉਹ 'ਤੇ ਅਸਰ ਪਏਗਾ, ਪਰ ਜਿਹੜਾ ਉਹਨੇ ਟਰੰਪ ਨੇ ਬੈਨ ਐਕਸਟੈਂਡ ਕੀਤਾ ਸੀਗਾ ਮਾਰਚ ਦੇ ਐਂਡ ਤੱਕ 3 ਮਹੀਨੇ, ਉਹਦੇ ਬਾਰੇ ਜੇ ਕੁਛ ਨਹੀਂ ਕਿਹਾ ਅਤੇ ਹੋ ਸਕਦਾ ਵੀ ਉਹ ਵੇਟ ਕਰਨ ਵੀ 1.5 ਮਹੀਨਾ ਰਹਿ ਗਿਆ ਅਤੇ ਉਹਨੂੰ ਕੈਂਸਲ ਕਰਨ ਦੀ ਲੋੜ ਨਹੀਂ, ਮਾਰਚ ਤੋਂ ਬਾਅਦ ਉਹ ਆਪਣੇ ਆਪ ਹੀ ਜਿਹੜਾ ਹੈਗਾ ਉਹ ਬੈਨ ਟੁੱਟ ਜਾਣਾ ਅਤੇ ਕੈਟਗਰੀਆਂ ਅੱਗੇ ਮੂਵ ਹੋਣਗੀਆਂ, ਅਤੇ ਉਹਨੂੰ ਇਹਨਾਂ ਨੇ ਅਜੇ ਨਹੀਂ ਛੇੜਿਆ ਜੀ, ਅਤੇ ਹੋ ਸਕਦਾ ਨਾ ਵੀ ਛੇੜਨ, ਅਤੇ ਉਹ ਫਿਰ ਜਿਹੜੀਆਂ ਹੁਣ ਕੈਟਗਰੀਆਂ ਸਾਰੀਆਂ ਹੋਲਡ 'ਤੇ ਪਈਆਂ ਨੇ ਜਿਵੇਂ F4 ਕੈਟਗਰੀ ਭੈਣ ਭਰਾਵਾਂ ਵਾਲੀ ਆ, ਜਾਂ ਜਿਵੇਂ ਮਾਂ ਬਾਪ ਦੀ ਕੈਟਗਰੀ ਹੈਗੀ ਆ ਆਪਣੇ US ਸਿਟੀਜ਼ਨ ਦੇ ਜਾਂ ਮੈਰਿਡ ਬੱਚਿਆਂ ਦੀ, ਉਹ ਹੁਣ ਟਰੰਪ ਨੇ ਮਾਰਚ ਦੇ ਐਂਡ ਤੱਕ ਕਰਤਾ ਸੀ ਉਹ ਜੀ ਜੀ, 1 ਅਪ੍ਰੈਲ ਤੋਂ ਸ਼ੁਰੂ ਹੋਣਾ ਸੀ, ਹੁਣ 1 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਕੈਟਗਰੀਆਂ, ਮਹੀਨਾ ਹੀ ਰਹਿ ਗਿਆ ਤਕਰੀਬਨ, ਮਹੀਨਾ ਹੀ ਰਹਿ ਗਿਆ ਤਕਰੀਬਨ, ਅਤੇ ਆਲਮੋਸਟ ਨਹੀਂ ਮਹੀਨਾ ਨਹੀਂ 2 ਮਹੀਨੇ ਰਹਿ ਗਏ, 1 ਫਰਵਰੀ ਤੱਕ ਮਾਰਚ, ਫਰਵਰੀ ਤੋਂ ਮਾਰਚ, ਹਾਂ 2 ਮਹੀਨੇ ਰਹਿ ਗਏ, ਹਾਂ 2 ਮਹੀਨੇ ਆ, ਪਰ 2 ਮਹੀਨੇ ਚਲੋ 2 ਮਹੀਨੇ ਰਹਿ ਗਏ, ਅਤੇ ਉਸ ਤੋਂ ਬਾਅਦ ਅੱਗੇ ਐਕਸਟੈਂਡ ਨਹੀਂ ਹੈ ਕਰਦੇ ਜੀ। ਅਤੇ ਬਾਕੀ ਜਿਹੜੀ ਇੰਪੋਰਟੈਂਟ ਗੱਲ ਰੰਧਾਵਾ ਸਾਹਿਬ ਉਹ ਹੈਗੀ ਕਾਨੂੰਨ ਦੀ, ਜਿਹੜਾ ਕਿ ਇਸ ਕਰਕੇ ਸੰਭਵ ਹੋਇਆ ਕਿ ਜਿਹੜੀ ਜੋਰਜੀਆ ਦੇ ਵਿੱਚ 2 ਸੀਟਾਂ ਜਿੱਤੇ ਆ ਡੈਮੋਕਰੈਟ, ਹੁਣ ਜਿਹੜਾ ਕਾਨੂੰਨ ਹੈ ਇਹ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਸਾਰਾ ਪਹਿਲਾਂ ਹੀ ਬਣਾ ਲਿਆ ਗਿਆ, ਮਤਲਬ ਇਹ ਪਿਛਲੇ 2-3 ਮਹੀਨਿਆਂ 'ਤੇ ਕੰਮ ਚੱਲ ਰਿਹਾ ਸੀ, ਅਤੇ ਪ੍ਰੈਜੀਡੈਂਟ ਬਾਈਡਨ ਦੀ ਇੱਥੇ ਪੂਰੀ ਅਪਰੂਵਲ ਸੀ ਅਤੇ ਉਹਨੂੰ ਪੂਰੀ ਤਰੀਕੇ ਨਾਲ ਉਹ ਸਾਰਾ ਖਾਕਾ ਆਲਰੇਡੀ ਤਿਆਰ ਸੀ, ਅਤੇ ਉਹਨਾਂ ਨੇ ਪਹਿਲੇ ਦਿਨ ਹੀ ਇੰਟਰਡਿਊਸ ਕਰਤਾ ਉਹ ਜੀ, ਅਤੇ ਸੈਨੇਟ ਅਤੇ ਹਾਊਸ ਦੋਨਾਂ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦੀ ਡਿਊਟੀ ਲਾਤੀ ਆ ਕਿ ਇਹਨੂੰ ਪਾਸ ਕਰਾਉਣਾ। ਉਹਦੇ ਵਿੱਚ ਜਿਹੜੀਆਂ ਮੇਨ ਗੱਲਾਂ ਨੇ ਉਹ 4 ਮੇਨ ਉਹਦੇ ਪੁਆਇੰਟ ਨੇ ਜੀ, ਜਿਹੜੇ ਕਿ ਆਪਣੇ ਆਪ 'ਚ ਇਤਿਹਾਸਿਕ ਆ, ਜਿਹੜੇ ਅੱਜ ਤੱਕ ਮਤਲਬ ਪਿਛਲੇ 30-35 ਸਾਲ ਦੇ ਵਿੱਚ ਕੋਈ ਐਸੀ ਲੈਜੀਸਲੇਸ਼ਨ ਨਹੀਂ ਆਈ ਜਿਹੜੀ ਇਮੀਗ੍ਰੇਸ਼ਨ ਦੀ ਇੰਨੀ ਫੇਵਰੇਬਲ ਹੋਵੇ, ਅੱਗੇ ਜਿੰਨੀ ਆਈਆਂ ਸਾਰਾ ਤੰਗ ਕਰਨ ਦੀਆਂ ਹੀ ਆਈਆਂ, ਕੋਈ ਇਮੀਗ੍ਰੇਸ਼ਨ ਨੂੰ ਰਿਲੈਕਸ ਕਰਨ ਦੀ ਨਹੀਂ ਆਈ, ਪਰ ਇਹ ਪਹਿਲਾ ਕਾਨੂੰਨ ਹੋਏਗਾ ਜੀ ਜੀ। ਇਹਦੇ ਵਿੱਚ ਜਿਹੜਾ ਇਹਦਾ ਨਾਂ ਹੈਗਾ ਸਿਟੀਜ਼ਨਸ਼ਿਪ ਐਕਟ ਆਫ 2021, ਅਤੇ ਇਹਦੇ ਵਿੱਚ ਇੱਕ ਤਾਂ ਇਹ ਆ ਕਿ ਜਿਹੜੇ ਬੰਦੇ ਅਮਰੀਕਾ ਦੇ ਵਿੱਚ 1 ਜਨਵਰੀ 2021 ਤੋਂ ਪਹਿਲਾਂ ਰਹਿ ਰਹੇ ਆ ਅਤੇ ਉਹਨਾਂ ਨੂੰ ਇੱਥੇ ਜਿਹੜਾ ਹੈਗਾ ਉਹ 5 ਸਾਲਾਂ ਲਈ ਟੈਂਪਰੇਰੀ ਸਟੇਟਸ ਵਿੱਚ ਰੱਖਿਆ ਜਾਊਗਾ, ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ, ਆਉਣ ਜਾਣ ਦੀ ਪਰਮਿਸ਼ਨ ਮਿਲੂਗੀ ਆਪਣੀ ਕੰਟਰੀ, 5 ਸਾਲਾਂ ਬਾਅਦ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਣਗੇ, ਉਹਨਾਂ ਦੇ ਬੈਕਗਰਾਊਂਡ ਚੈੱਕ ਹੋਣਗੇ, ਟੈਕਸ ਭਰਨਗੇ, ਫਾਈਨ ਪੇ ਕਰਨਗੇ। ਜਦੋਂ ਗ੍ਰੀਨ ਕਾਰਡ ਮਿਲ ਗਿਆ ਉਦੋਂ ਬਾਅਦ ਉਹ ਉਸ ਤੋਂ 3 ਸਾਲ ਬਾਅਦ ਮਤਲਬ ਸਿਟੀਜ਼ਨ ਬਣ ਸਕਣਗੇ। ਓਕੇ, ਆਮ ਤੌਰ 'ਤੇ ਜਿਹੜੀ ਸਿਟੀਜ਼ਨਸ਼ਿਪ ਆ ਉਹ ਗ੍ਰੀਨ ਕਾਰਡ ਦੇ 5 ਸਾਲਾਂ ਬਾਅਦ ਹੁੰਦੀ ਆ, ਪਰ ਇਹਨਾਂ ਨੇ ਕਰਤਾ 3 ਸਾਲ ਬਾਅਦ ਉਹਨਾਂ ਨੂੰ, ਸੋ ਟੋਟਲ ਕੁੱਲ ਮਿਲਾ ਕੇ 8 ਸਾਲਾਂ ਬਾਅਦ ਉਹ ਸਿਟੀਜ਼ਨ ਬਣ ਜਾਣਗੇ। ਓਕੇ, ਇੱਕ ਤਾਂ ਇਹ ਬਹੁਤ ਵੱਡੀ ਪ੍ਰਾਪਤੀ, ਅੱਜ ਤੱਕ ਕਦੇ ਇੱਦਾਂ ਦਾ ਕੋਈ ਸਟੈਪ ਚੁੱਕਿਆ ਨਹੀਂ। ਇਲੀਗਲ ਰਹਿੰਦੇ ਸਿਰਫ ਉਹਨਾਂ ਲਈ ਆ,
ਨਹੀਂ ਜਿਹੜਾ ਬੰਦਾ ਵੀ ਇੱਥੇ ਰਹਿ ਰਿਹਾ ਬਿਨਾਂ ਗ੍ਰੀਨ ਕਾਰਡ ਤੋਂ, ਬਿਨਾਂ ਗ੍ਰੀਨ ਕਾਰਡ ਤੋਂ, ਉਹਦੇ ਚ ਚਾਹੇ ਉਹਦੇ ਸੈਲਮ ਕੇਸ ਚੱਲ ਰਿਹਾ ਉਹਨਾਂ ਨੇ, ਚਾਹੇ ਕੁਛ ਆ, ਬਾਕੀ ਡਿਟੇਲ ਆਊਗੀ ਉਹਦੇ ਚ ਕੀ ਆ। ਓਕੇ, ਇੱਕ ਨਾਲੇ ਇਹ ਦੱਸੋ ਜੀ ਜਿਹੜੀ ਉਹਨਾਂ ਦੀ ਕਿਹੜੀ ਤਰੀਕ ਤੱਕ ਅਮੈਰੀਕਾ ਚ ਰਹਿੰਦੇ ਹੁਣ ਉਹ? ਨਹੀਂ ਕਈ ਹੁੰਦਾ ਜੀ ਹੁਣ ਚਲੋ ਸਾਡੇ ਕੋਲ ਟੂਰਿਸਟ ਵੀਜ਼ਾ, ਅਸੀਂ ਹੁਣੇ ਆ ਜਾਂਦੇ ਹਾਂ। ਨਹੀਂ ਨਹੀਂ ਇਸ ਤਰ੍ਹਾਂ ਹੈਗਾ, ਅਜੇ ਤਾਂ ਇੱਕ ਬਰਾਡ ਪਾਲਿਸੀ ਆ ਜੀ, ਬਾਕੀ ਜਦੋਂ ਹੁਣ ਬਿੱਲ ਪਾਸ ਹੋਊਗਾ ਉਹਦੇ ਵਿੱਚ ਅਮੈਂਡਮੈਂਟਸ ਹੋਣਗੀਆਂ, ਉਹ ਡਿਟੇਲ ਆਊਗੀ ਕਿਹੜੀ ਡੇਟ ਤੋਂ ਪਹਿਲਾਂ। ਅਜੇ ਤਾਂ ਬਰਾਡ ਆਊਟਲਾਈਨ ਹੈ ਕਿ ਕੀ ਆ, ਬਰਾਡ ਆਊਟਲਾਈਨ ਇਹ ਹੈਗੀ ਆ ਜਿਵੇਂ ਪਹਿਲਾਂ ਦੱਸ ਚੁੱਕਾ ਆਲਰੇਡੀ ਕਿ ਜਨਵਰੀ 1 2021 ਤੋਂ ਪਹਿਲਾਂ ਓਕੇ ਜਿਹੜਾ ਬੰਦਾ ਅਮਰੀਕਾ ਦੇ ਵਿੱਚ 31 ਦਸੰਬਰ 2020 ਤੱਕ, 20 ਤੱਕ ਜਿਹੜਾ ਰਹਿ ਰਿਹਾ ਉਹ ਬੰਦਾ ਐਲੀਜੀਬਲ ਹੋਊਗਾ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੈਣ ਲਈ, ਸਿਟੀਜ਼ਨ ਬਣਨ ਲਈ। ਉਹਨੂੰ ਪਹਿਲਾਂ 5 ਸਾਲਾਂ ਵਾਸਤੇ ਟੈਂਪਰੇਰੀ ਸਟੇਟਸ 'ਚ ਰੱਖਿਆ ਜਾਊਗਾ, ਜਿਵੇਂ ਆ ਡਾਕਾ ਵਾਲੇ ਹੁਣ ਹੈਗੇ ਆ ਵੀ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਮਿਲਣਗੇ ਪਰਮਿਸ਼ਨ ਹੋਣ। ਉਸ ਤੋਂ ਬਾਅਦ ਉਹਦਾ ਬੈਕਗਰਾਉਂਡ ਚੈੱਕ ਹੋਊਗਾ, ਉਹਨੂੰ ਟੈਕਸ ਦੇਣੇ ਪੈਣਗੇ ਪੁਰਾਣੇ, ਅਤੇ ਫਾਈਨ ਜੋ ਵੀ ਰੱਖਣਗੇ ਉਹ ਪੇ ਕਰਨਾ ਪਊਗਾ, ਰੈਕਡ ਚੈੱਕ ਕਰਨਗੇ। ਜੇ ਕਲੀਅਰ ਆ ਤਾਂ ਉਹਨੂੰ ਫਿਰ ਉਸ ਤੋਂ ਬਾਅਦ ਜਿਹੜੀ ਮਤਲਬ ਸਿਟੀਜ਼ਨਸ਼ਿਪ ਮਤਲਬ ਪਹਿਲਾਂ ਗ੍ਰੀਨ ਕਾਰਡ ਮਿਲੂਗਾ, ਫਿਰ ਉਸ ਤੋਂ ਗ੍ਰੀਨ ਕਾਰਡ ਤੋਂ ਬਾਅਦ 3 ਸਾਲਾਂ ਬਾਅਦ ਸਿਟੀਜ਼ਨਸ਼ਿਪ ਮਿਲੂਗੀ। ਹੁਣ ਇਹਦੇ ਵਿੱਚ ਮਤਲਬ ਅੱਗੇ ਜਿਹੜੀਆਂ ਫਰਦਰ ਹੈਗੀਆਂ ਵੀ ਕਿਸ ਕਿਸਮ ਦੇ ਬੰਦੇ ਆਉਣਗੇ, ਵੀ ਕੀ ਇਹਦੇ 'ਚ ਉਹੀ ਆਉਣਗੇ ਜਿਹੜੇ ਬੰਦਿਆਂ ਨੇ ਇੱਥੇ ਕੁਛ ਅਪਲਾਈ ਨਹੀਂ ਕੀਤਾ ਉੱਦਾਂ ਹੀ ਰਹਿ ਰਹੇ ਆ, ਜਾਂ ਇਹਦੇ 'ਚ ਉਹ ਵੀ ਆ ਜਾਣਗੇ ਜਿਨ੍ਹਾਂ ਦੇ ਕੋਈ ਡੈਪੂਟੇਸ਼ਨ ਲੱਗੀ ਆ, ਜਿਹੜੇ ਇੱਥੇ ਮਤਲਬ ਜਿਵੇਂ ਕੋਈ ਬੰਦਾ ਆਇਆ ਕੇਸ ਫੇਲ ਹੋ ਗਿਆ ਡੈਪੂਟੇਸ਼ਨ ਲੱਗ ਗਈ ਉੱਦਾਂ ਰਹੀ ਜਾਂਦਾ, ਜਾਂ ਕਿਸੇ ਨੇ ਕੋਈ ਕੋਈ ਇੱਥੇ 81 ਵਾਲਾ ਜਾਂ ਵਿਆਹ ਦਾ ਕੇਸ ਕੀਤਾ ਉਹ ਫੇਲ ਹੋ ਗਿਆ ਉਹ ਵੀ ਰਹੀ ਜਾ ਰਿਹਾ। ਓਕੇ, ਜਾਂ ਜਿਨ੍ਹਾਂ ਦੇ ਕੇਸ ਚੱਲਦੇ ਨੇ ਜਿਵੇਂ ਸੈਲਮ ਦੇ ਕੇਸ ਚੱਲਦੇ ਆ, ਫਰਜ਼ ਕਰੋ ਅਪੀਲਾਂ ਚੱਲਦੇ ਆ, ਜਾਂ ਅਪੀਲਾਂ ਜਿਨ੍ਹਾਂ ਦੀਆਂ ਫੇਲ ਹੋ ਗਈਆਂ, ਵੀ ਉਹ ਸਾਰਿਆਂ ਦਾ ਕੀ ਹੋਊਗਾ, ਇਹ ਜਿਹੜੀ ਗਾਹਾਂ ਡਿਟੇਲ ਹੋਊਗੀ ਉਹ 'ਚ ਪਤਾ ਲੱਗੂਗਾ। ਓਕੇ, ਪਰ ਉਹਨਾਂ ਨੇ ਇਹਦੇ 'ਚ ਇਹ ਨਹੀਂ ਲਿਖਿਆ ਵੀ ਉਹ ਵਿੱਚੋਂ ਕੱਢੇ ਜਾਣਗੇ, ਸੋ ਇਹਦਾ ਮਤਲਬ ਇਨਕਲੂਡ ਹੋਣਗੇ ਨਹੀਂ। ਉਹ ਸਪੈਸੀਫਿਕਲੀ ਕਾਨੂੰਨ 'ਚ ਲਿਖਿਆ ਹੁੰਦਾ ਵੀ ਇਹ ਬੰਦੇ ਨਹੀਂ ਹੋ ਸਕਦੇ। ਓਕੇ, ਸੋ ਉਹਨਾਂ ਵੀ ਜਿਹੜੇ ਬੰਦੇ ਕੱਢੇ ਆ ਉਹ ਬੇਸਿਕਲੀ ਕ੍ਰਿਮੀਨਲ ਆ, ਜਿਹਨਾਂ ਦਾ ਇੱਥੇ ਕ੍ਰਿਮੀਨਲ ਰੈਕਡ ਆ, ਜਾਂ ਜਿਹੜੇ ਗੈਂਗ ਮੈਂਬਰ ਨੇ, ਜਾਂ ਜਿਹਨਾਂ ਨੇ ਕੋਈ ਬੜੇ ਹੀਨੀਅਸ ਕ੍ਰਾਈਮ ਕੀਤੇ ਆ। ਸੋ ਇਹਦਾ ਮਤਲਬ ਆ ਵੀ ਜੇ ਨਹੀਂ ਕੱਢੇ ਤਾਂ ਉਹ ਬੰਦੇ ਵੀ ਇਨਕਲੂਡਿਡ ਹੋਣਗੇ ਜਿਨ੍ਹਾਂ ਦੇ ਇੱਥੇ ਕਿਸੇ ਕਿਸਮ ਦਾ ਵੀ ਕੋਈ ਕੇਸ ਚੱਲਦਾ, ਜਿਹਨਾਂ ਕੋਲ ਗ੍ਰੀਨ ਕਾਰਡ ਨਹੀਂ। ਦੂਸਰੀ ਜਿਹੜੀ ਕੈਟੇਗਰੀ ਆ ਉਹ ਇਹ ਆ ਕਿ ਜਿਹੜੇ ਬੰਦਿਆਂ ਨੂੰ ਟਰੰਪ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਕਾਰਜਕਾਲ ਦੌਰਾਨ ਡਿਪੋਰਟ ਕੀਤਾ ਗਿਆ ਜਿਸ 2017 ਤੋਂ ਬਾਅਦ, ਜਿਵੇਂ ਕਿਸੇ ਨੂੰ 18 'ਚ ਕਰਤਾ 19 'ਚ ਕਰਤਾ, ਉਹ ਬੰਦੇ ਵੀ ਐਲੀਜੀਬਲ ਹੋਣਗੇ ਗ੍ਰੀਨ ਕਾਰਡ ਲੈਣ ਲਈ। ਉਹਦੇ ਵਾਸਤੇ ਵੀ ਸ਼ਰਤਾਂ ਹੋਣਗੀਆਂ ਵੀ ਉਹ ਬੰਦਾ ਅਮਰੀਕਾ 'ਚ ਕਦੋਂ ਆਇਆ ਹੋਵੇ, ਕਿੰਨੀ ਦੇਰ ਰਿਹਾ ਹੋਵੇ, ਅਤੇ ਜਿਹੜਾ ਡਿਪੋਰਟ ਹੋਇਆ ਉਹ ਕਿਸ ਕਾਰਨ ਕਰਕੇ ਹੋਇਆ। ਓਕੇ, ਸੋ ਜੇ ਉਹਨਾਂ ਸ਼ਰਤਾਂ 'ਚ ਪੂਰੇ ਮਤਲਬ ਉਤਰਦੇ ਆ ਤਾਂ ਉਹਨਾਂ ਵਿੱਚੋਂ ਵੀ ਕਾਫੀ ਬੰਦੇ ਜਿਹੜੇ ਕਿ ਟਰੰਪ ਦੀਆਂ ਜਿਹੜੀਆਂ ਐਂਟੀ ਇਮੀਗ੍ਰੇਸ਼ਨ ਸਖ਼ਤ ਪਾਲਿਸੀਆਂ ਸੀਗੀਆਂ ਉਹਨਾਂ 'ਚ ਡਿਪੋਰਟ ਹੋਏ ਆ, ਉਹਨਾਂ ਦੇ ਵਿੱਚ ਗ੍ਰੀਨ ਕਾਰਡ ਲੈਣ ਦੇ ਹੱਕਦਾਰ ਹੋਣਗੇ, ਚਾਹੇ ਉਹ ਆਪਣੇ ਮੁਲਕਾਂ 'ਚ ਹੀ ਹੁਣ ਵਾਪਸ ਚਲੇ ਗਏ। ਅੱਛਾ, ਚਲੇ ਵੀ ਗਏ ਤਾਂ ਵੀ 17 ਤੋਂ ਬਾਅਦ, ਜਿਹੜੇ 2017 ਤੋਂ ਬਾਅਦ ਡਿਪੋਰਟ ਹੋਏ ਆ, ਜਿਹੜੇ 17 ਤੋਂ ਪਹਿਲਾਂ ਡਿਪੋਰਟ ਹੋਏ ਆ ਉਹ ਨਹੀਂ ਇਹ 'ਚ ਆਉਣਗੇ। ਓਕੇ, ਪਰ ਉਹ ਸਾਰੇ ਨਹੀਂ ਆਉਣਗੇ ਵੀ ਜਿਹੜਾ ਵੀ ਡਿਪੋਰਟ ਹੋਇਆ, ਉਹਦੇ ਵਿੱਚ ਉਹ ਬਕਾਇਦਾ ਅੱਗੇ ਜਿਹੜੀਆਂ ਡਿਟੇਲ ਹੋਊਗੀ ਵੀ ਕਿਹੜਾ ਬੰਦਾ ਕਵਰ ਹੁੰਦਾ, ਤਾਂ ਮਤਲਬ ਜਿਵੇਂ ਹੁਣ ਉਹ ਦੇਖਣਗੇ ਵੀ ਕਿਉਂ ਡਿਪੋਰਟ ਹੋਇਆ, ਕਿਸੇ ਨੇ ਕੀ ਕਾਰਨ ਆ, ਸੋ ਉਹਦੇ ਵਿੱਚ ਜੇ ਉਹ ਕੁਆਲੀਫਾਈ ਕਰੂਗਾ ਤਾਂ ਉਹ ਵੀ ਆ ਸਕਦਾ। ਤੀਸਰਾ ਇਹਦੇ 'ਚ ਇਹ ਆ ਕਿ ਜਿਹੜੇ ਡਾਕਾ ਦੇ ਅੰਡਰ ਬੱਚੇ ਆਉਂਦੇ ਆ, ਜਿਹੜੇ ਕਿ ਇੱਥੇ ਅਨਡਾਕੂਮੈਂਟਡ ਬੱਚੇ ਸੀ, ਜਿਹਨਾਂ ਨੂੰ ਕਿ ਡਾਕਾ ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਮਿਲੇ, ਜਿਹਨੂੰ ਡ੍ਰੀਮਰਸ ਕਹਿੰਦੇ ਆ, ਉਹਨਾਂ ਨੂੰ ਰਾਈਟ ਵੇ ਗ੍ਰੀਨ ਕਾਰਡ ਮਿਲੂਗਾ। ਉਹਨਾਂ ਨੂੰ 5 ਸਾਲ ਵੇਟ ਕਰਨ ਦੀ ਲੋੜ ਨਹੀਂ, ਉਹ ਗ੍ਰੀਨ ਕਾਰਡ ਹੁਣੇ ਅਪਲਾਈ ਕਰ ਸਕਣਗੇ ਜੀ। ਚੌਥਾ, ਜਿਹੜੇ ਇੱਥੇ ਕੁਛ ਟੈਂਪਰਰੀ ਮਤਲਬ ਸਟੈਟਸ ਦੇ ਵਿੱਚ ਬੰਦੇ ਹੁੰਦੇ ਨੇ, ਉਹਨੂੰ ਕਹਿੰਦੇ TPS। ਓਕੇ, ਉਹ ਹੁੰਦਾ ਟੈਂਪਰਰੀ ਪ੍ਰੋਟੈਕਟਡ ਸਟੈਟਸ, ਉਹ ਜੀ ਇੰਡੀਆ ਵਾਲੇ ਨਹੀਂ ਹੈਗੇ, ਹੋਰ ਕਈ ਮੁਲਕਾਂ ਦੇ ਹੈਗੇ ਜਿਵੇਂ ਲਾਈਬੇਰੀਆ ਦੇ ਜਾਂ ਹੋਰਾਂ ਦੇ, ਉਹਨਾਂ ਨੂੰ ਵੀ ਗ੍ਰੀਨ ਕਾਰਡ ਰਾਈਟ ਅਵੇ ਮਿਲਣਗੇ। ਉਹਦੇ ਨਾਲ ਨਾਲ ਜਿਹੜੇ ਫਾਰਮ ਵਰਕਰ ਨੇ, ਜਿਹੜੇ ਐਗਰੀਕਲਚਰ ਫਾਰਮ ਵਰਕਰ ਨੇ, ਖੇਤਾਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਵੀ ਰਾਈਟ ਅਵੇ ਗ੍ਰੀਨ ਕਾਰਡ ਮਿਲਣਗੇ ਜੀ। ਹੁਣ ਉਹਦੇ ਵਿੱਚ ਵੀ ਡਿਟੇਲ ਹੋਊਗੀ ਵੀ ਫਾਰਮ ਵਰਕਰ ਕਿਹਨੂੰ ਸਮਝਿਆ ਜਾਊਗਾ, ਵੀ ਕੀ ਜਿਹੜਾ ਫਾਰਮ ਵਰਕਰ ਆ ਜਿਹੜਾ ਕੋਈ ਕਿਸੇ ਵੀਜ਼ੇ 'ਤੇ ਆ, ਜਿਹੜੇ ਉਹ ਫਾਰਮ ਵਰਕਰਾਂ ਦੇ ਵੀਜ਼ੇ ਹੁੰਦੇ ਨੇ ਜਿਹੜਾ ਉਹਦੇ 'ਤੇ ਆ, ਉਹਨੂੰ ਮਿਲੂਗਾ ਕਿ ਜਿਹੜਾ ਕੋਈ ਵੀ ਫਾਰਮ 'ਚ ਕੰਮ ਕਰਦਾ ਜੀ, ਚਾਹੇ ਉਹਦੇ ਕੋਲ ਕੋਈ ਕਾਗਜ਼ ਹੈ ਜਾਂ ਨਹੀਂ, ਕਿ ਉਹਨੂੰ ਮਿਲੂਗਾ। ਸੋ ਉਹਦੇ ਵਿੱਚ ਵੀ ਇਹ ਕਾਫੀ ਵੱਡੀ ਰਿਲੀਫ ਹੈਗੀ ਆ ਫਾਰਮ ਵਰਕਰਸ ਲਈ। ਓਕੇ, ਕਿ ਉਹਨਾਂ ਨੂੰ ਰਾਈਟ ਵੇ ਗ੍ਰੀਨ ਕਾਰਡ ਆ, 5 ਸਾਲ ਵੇਟ ਕਰਨ ਦੀ ਲੋੜ ਨਹੀਂ। ਅਤੇ ਇਹਦੇ ਨਾਲ ਨਾਲ ਇਹਦੇ 'ਚ ਇੱਕ ਹੋਰ ਚੇਂਜ ਵੱਡੀ ਕੀਤੀ ਗਈ ਆ, ਉਹ ਆ ਵੀ ਜਿਨ੍ਹਾਂ 'ਤੇ ਅੱਗੇ ਹੁੰਦਾ ਅਮਰੀਕਾ ਦੇ ਵਿੱਚ ਵੀ ਜੇ ਬੰਦਾ ਇੱਥੇ 6 ਸਾਲ ਤੋਂ ਵੱਧ ਰਹਿ 6 ਮਹੀਨੇ ਤੋਂ ਵੱਧ ਰਹਿ ਗਿਆ, ਜਿਵੇਂ ਇੱਥੇ ਕੋਈ ਬੰਦਾ ਆਇਆ ਜੀ ਜੀ ਜੀ, ਚਾਹੇ ਉਹ ਮਤਲਬ ਇਲੀਗਲ ਆਇਆ ਬਾਰਡਰ ਟੱਪ ਕੇ, ਚਾਹੇ ਵੀਜ਼ਾ ਲੈ ਕੇ ਆਇਆ, ਜੇ ਉਹ 6 ਮਹੀਨੇ ਤੋਂ ਵੱਧ ਇੱਥੇ ਰਹਿ ਗਿਆ, ਆਊਟ ਆਫ ਸਟੇਟਸ ਹੋ ਗਿਆ, ਉਹ ਵਾਪਸ ਜਾਂਦਾ ਉੱਥੇ 10 ਸਾਲ ਦਾ ਬਾਹਰ ਲੱਗ ਜਾਂਦਾ ਆਪਣੇ ਆਪ ਹੀ। ਓਕੇ, ਜਾਂ ਜਿਹਨੂੰ ਡਿਪੋਰਟ ਕਰਦੇ ਆ ਉੱਥੇ ਵੀ 10 ਸਾਲ ਦਾ ਲੱਗਦਾ ਜੀ। ਇਸ ਕਾਨੂੰਨ ਦੇ ਵਿੱਚ ਉਹ ਬਾਹਰ ਖਤਮ ਕਰ ਦਿੱਤੀ ਗਈ ਹੈ ਕਿ ਕੋਈ 10 ਸਾਲ ਦੀ ਬਾਹਰ ਨਹੀਂ ਲੱਗੂਗੀ। ਠੀਕ ਹੈ, ਇਹਦੇ ਨਾਲ ਨਾਲ ਇੱਕ ਹੋਰ ਵੱਡੀ ਚੇਂਜ ਆ ਸੈਲਮ ਦੇ ਕੇਸਾਂ ਲਈ,
ਉਹ ਇਹ ਆ ਕਿ ਅੱਗੇ ਕਾਨੂੰਨ ਦੇ ਵਿੱਚ ਇਹ ਆ ਵੀ ਜਿਹੜਾ ਅਸਾਇਲਮ ਦਾ ਕੇਸ ਆ ਉਹ ਵਿਦਇਨ 1 ਈਅਰ ਕਰਨਾ ਪੈਂਦਾ, ਜਿਹੜਾ ਬੰਦਾ ਇੱਥੇ ਐਂਟਰ ਹੋਇਆ ਉਹ ਸਾਲ ਦੇ ਵਿੱਚ ਕਰੇ, ਜੇ ਸਾਲ ਤੋਂ ਬਾਅਦ ਕਰਦਾ ਤਾਂ ਉਹਨੂੰ ਅਸਾਇਲਮ ਨਹੀਂ ਮਿਲੂਗਾ, ਵਿਦਹੋਲਡਿੰਗ ਆਫ ਰਿਮੂਵਲ ਜਾਂ ਜਿਹੜੀ ਕੈਟ ਦੇ ਅੰਡਰ ਪ੍ਰੋਟੈਕਸ਼ਨ ਹੋਊਗੀ। ਇਹਦੇ 'ਚ ਇਹ ਆ ਕਿ ਜੇ ਕਿਸੇ ਨੇ ਅਸਾਇਲਮ ਸਾਲ ਤੋਂ ਵੱਧ ਵੀ ਕਰਤਾ ਉਹ ਵੀ ਅਸਾਇਲਮ ਵੀ ਠੀਕ ਗਿਣਿਆ ਜਾਊਗਾ। ਓਕੇ, ਸੋ ਵਿਦਇਨ 1 ਈਅਰ ਜਿਹੜੀ ਅਸਾਇਲਮ ਦੀ ਬੰਦਿਸ਼ ਆ ਉਹ ਵੀ ਖਤਮ ਕਰ ਦਿੱਤੀ ਗਈ ਆ, ਅਤੇ ਓਵਰ 1 ਈਅਰ ਜਿਵੇਂ ਕਿਸੇ ਨੂੰ 4 ਸਾਲ ਆਏ ਨੂੰ ਹੋ ਗਏ ਉਹ ਵੀ ਅਸਾਇਲਮ ਕਰ ਸਕਦਾ। ਜੀ ਜੀ ਜੀ। ਉਹਦੇ ਨਾਲ ਨਾਲ ਜਿਹੜੀ ਡੈਫੀਨੇਸ਼ਨ ਹੈਗੀ ਆ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ ਦੀ, ਉਹਦੀ ਲੈਂਗੁਏਜ ਚੇਂਜ ਕੀਤੀ ਗਈ ਹੈ। ਜਿਵੇਂ ਅੱਗੇ ਸੀਗਾ ਪਹਿਲਾਂ ਉਹਨੂੰ ਏਲੀਅਨ ਕਹਿੰਦੇ ਸੀਗੇ, ਓਕੇ, ਪਰ ਹੁਣ ਉਹ ਏਲੀਅਨ ਦੀ ਥਾਂ 'ਤੇ ਇਹਨਾਂ ਨੇ ਕਰਤਾ ਨੋਨ ਸਿਟੀਜ਼ਨ। ਉਹ ਥੋੜ੍ਹੀ ਉਹਨਾਂ ਨੂੰ ਜਿਹੜੀ ਹੈਗੀ ਰਿਸਪੈਕਟ ਦਿੱਤੀ ਗਈ ਹੈ ਵੀ ਏਲੀਅਨ ਜਿਹੜਾ ਵਰਡ ਹੈਗਾ ਉਹ ਬੜਾ ਅਬਿਊਸਿਵ ਜਿਹਾ ਵਰਡ ਆ, ਅਤੇ ਇਸ ਕਰਕੇ ਉਹਨੂੰ ਉਹਨਾਂ ਨੇ ਨੋਨ ਸਿਟੀਜ਼ਨ ਕਰਤਾ। ਅਤੇ ਉਸ ਤੋਂ ਇਲਾਵਾ ਜਿਹੜੀ ਹੋਰ ਇੱਕ ਬੜੀ ਇੰਪੋਰਟੈਂਟ ਗੱਲ ਆ ਉਹ ਇਹ ਹੈਗੀ ਆ ਕਿ ਜਿਹੜੇ ਇੰਡੀਆ ਦੇ ਵਿੱਚ ਬੰਦੇ ਜਾਂ ਹੋਰਾਂ ਮੁਲਕਾਂ ਦੇ ਵਿੱਚ ਜਿਵੇਂ ਇੱਥੋਂ ਅਪਲਾਈ ਕੀਤਾ, ਜਿਵੇਂ ਆਪਾਂ ਰੋਜ਼ ਗੱਲ ਕਰਦੇ ਹਾਂ ਵੀ F4 ਕੈਟਾਗਰੀ ਹੋ ਗਈ ਜਿਹੜੀਆਂ 'ਤੇ ਆ ਬੈਨ ਲਾਇਆ ਹੋਇਆ ਟਰੰਪ ਨੇ ਮਾਰਚ ਦੇ ਐਂਡ ਤੱਕ, ਇਹਨਾਂ ਕੈਟਾਗਰੀਆਂ ਜਿਹੜੀਆਂ ਹੈਗੀਆਂ ਫੈਮਿਲੀ ਵੀਜ਼ਿਆਂ ਦੀਆਂ ਇਹਨਾਂ ਦਾ ਕੋਟਾ ਵਧਾਇਆ ਜਾਏਗਾ, ਅਤੇ ਇਹਨਾਂ ਦੇ ਵਿੱਚੋਂ ਵੀ ਜਿਹੜੇ ਜਿਹੜੇ ਬੰਦਿਆਂ ਦਾ ਉਹ ਰੱਖਣਗੇ ਕੁਆਲੀਫਾਈ ਕਰਨਗੇ ਉਹਨਾਂ ਵਿੱਚੋਂ ਕੁਛ ਬੰਦਿਆਂ ਨੂੰ ਜਾਂ ਜ਼ਿਆਦਾ ਨੂੰ ਵੀ ਹੋ ਸਕਦਾ, ਜਿਹੜੀ ਵੀ ਉਹ ਕੈਟਾਗਰੀ ਨੂੰ ਦੇਖਣਗੇ ਕਿਸ ਤਰ੍ਹਾਂ, ਉਹ ਬੰਦਿਆਂ ਨੂੰ ਇੱਥੇ ਆਉਣ ਦੀ ਪਰਮਿਸ਼ਨ ਦਿੱਤੀ ਜਾਏਗੀ ਕਿ ਇੱਥੇ ਆ ਕੇ ਉਹ ਕੰਮ ਕਰ ਸਕਦੇ ਅਤੇ ਗ੍ਰੀਨ ਕਾਰਡ ਇੱਥੇ ਲੈ ਸਕਦੇ ਆ। ਜਿਵੇਂ ਹੁਣ ਕਿਸੇ ਦੀ ਫਰਜ਼ ਕਰੋ 15 ਸਾਲ ਦੀ ਵੇਟ ਆ, ਅਤੇ ਉਹਨੂੰ ਮਤਲਬ ਉੱਥੇ ਇੰਨੇ ਸਾਲ ਰਹਿਣ ਦੀ ਬਜਾਏ ਉਹਨੂੰ ਵੀਜ਼ਾ ਮਿਲੂਗਾ, ਉਹ ਇੱਥੇ ਆ ਸਕਦਾ, ਇੱਥੇ ਆ ਕੇ 19 ਦੇਰ ਉਹ ਕੰਮ ਕਰ ਸਕਦਾ, ਅਤੇ ਉਸ ਤੋਂ ਬਾਅਦ ਜਦੋਂ ਉਹਦੀ ਵਾਰੀ ਆ ਗਈ ਜਦੋਂ ਵੀਜ਼ਾ ਕਰੰਟ ਹੋ ਗਿਆ ਉਦੋਂ ਇੱਥੇ ਗ੍ਰੀਨ ਕਾਰਡ ਲੈ ਸਕਦਾ, ਉੱਥੇ ਵੇਟ ਕਰਨ ਦੀ ਬਜਾਏ। ਇਹ ਵੀ ਰੱਖਿਆ ਗਿਆ, ਪਰ ਇਹ ਹੁਣ ਫਾਈਨਲੀ ਕਿਸ ਮਤਲਬ ਕਿਹੜੀ ਕਿਹੜੀ ਕੈਟਾਗਰੀ 'ਚ ਲਾਗੂ ਹੋਊਗਾ ਉਹ ਹੁਣ ਅੱਗੇ ਮੋਡੈਲਿਟੀ ਹੋਊਗੀ। ਇਹਦੇ ਨਾਲ ਵੀ ਬਹੁਤ ਫਰਕ ਪਊਗਾ ਕਿਉਂਕਿ ਕਈ ਬੰਦੇ ਜਿਹੜੇ ਇੰਨੇ ਇੰਨੇ ਸਾਲ ਦੇ ਜਾਂ ਕਈ ਹੁਣ ਬੱਚੇ ਏਜ ਆਊਟ ਹੋ ਜਾਂਦੇ ਆ ਉਹ ਆ ਸਕਣਗੇ। ਜੀ, ਇਹਦੇ ਨਾਲ ਨਾਲ ਜਿਹੜਾ ਯੂ ਵੀਜ਼ਾ ਆ ਉਹਦਾ 10 ਸਾਲ ਦਾ ਕੈਪ ਆ ਸਾਲ ਦਾ, ਉਹ ਵਧਾ ਕੇ ਇਹਨਾਂ ਨੇ ਮਤਲਬ 10,000 ਦਾ ਕੈਪ ਆ ਹੁਣ ਸਿਰਫ ਜਿਹੜੇ ਵੀਜ਼ੇ ਮਿਲਦੇ ਆ ਉਹਨੂੰ ਵਧਾ ਕੇ 30,000 ਕਰਤਾ। ਅੱਛਾ, 10,000 ਤੋਂ 30,000 ਕੋਟਾ ਵਧਾਤਾ। ਡਾਇਵਰਸਿਟੀ ਵੀਜ਼ ਦਾ ਵੀ ਕੋਟਾ ਵਧਾਇਆ ਗਿਆ। ਫਿਰ ਇਸ ਕਿਸਮ ਦੀਆਂ ਇਹਦੇ ਵਿੱਚ ਮਤਲਬ ਚੇਂਜਸ ਨੇ, ਅਤੇ ਹੁਣ ਤੱਕ ਕੁੱਲ ਮਿਲਾ ਕੇ ਜਿੰਨੇ ਵੀ ਬਿੱਲ ਇਮੀਗ੍ਰੇਸ਼ਨ ਦੇ ਆਏ ਆ ਇਹ ਸਾਰਿਆਂ ਤੋਂ ਹੀ ਵਧੀਆ ਅਤੇ ਇਮੀਗ੍ਰੇਸ਼ਨ ਦੇ ਪੱਖੀ ਬਿੱਲ ਆ। ਜੀ, ਪਰ ਇਹਦੇ 'ਚ ਇੱਕ ਗੱਲ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਇਹ ਤਾਂ ਅਜੇ ਪ੍ਰਪੋਜ਼ਲ ਆ। ਜੀ, ਹੁਣ ਜਦੋਂ ਇਹ 'ਤੇ ਹੋਣੀ ਆ ਬਹਿਸ ਹਾਊਸ ਅਤੇ ਸੈਨੇਟ ਦੇ ਵਿੱਚ, ਦੋ ਫੇਵਰੇਬਲ ਆ ਹੁਣ ਐਟਮੋਸਫੀਅਰ, ਫੇਵਰੇਬਲ ਇਸ ਕਰਕੇ ਆ ਕਿ ਇੱਕ ਤਾਂ ਸੈਨੇਟ ਅਤੇ ਹਾਊਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਆ, ਦੂਜਾ ਜਿਹੜੇ ਪ੍ਰੈਜੀਡੈਂਟ ਬਾਈਡਨ ਨੇ ਉਹਨਾਂ ਦੀ ਵਿੱਲ ਹੈ, ਉਹਨਾਂ ਦੀ ਇੱਛਾ ਹੈ ਕਿ ਪਾਸ ਹੋਵੇ। ਜੀ, ਕਈ ਵਾਰੀ ਇਹ ਹੁੰਦਾ ਵੀ ਮੈਜੋਰਟੀ ਹੁਣ ਜਿਵੇਂ ਓਬਾਮਾ ਜਦੋਂ ਬਣਿਆ ਸੀ ਪ੍ਰੈਜੀਡੈਂਟ ਮੈਜੋਰਟੀ ਉਹਦੀ ਵੀ ਸੀਗੀ, ਪਰ ਉਹਨੇ ਹੈਲਥ ਕੇਅਰ ਨੂੰ ਤਰਜੀਹ ਦਿੱਤੀ ਪਹਿਲੇ ਸਾਲ 'ਚ, ਉਹਨੇ ਬਿੱਲ ਪਾਸ ਨਹੀਂ ਕਰਾਇਆ, ਉਹਨੇ ਇਮੀਗ੍ਰੇਸ਼ਨ ਨੂੰ ਹੱਥ ਲਾਇਆ ਜਾ ਕੇ ਸੈਕਿੰਡ ਟਰਮ 'ਚ, ਉਹ ਤੱਕ ਉਹਦੀ ਮੈਜੋਰਟੀ ਖਤਮ ਹੋ ਗਈ ਸੀ, ਅਤੇ ਉਹਨਾਂ ਨੇ ਫਿਰ ਰਿਪਬਲਿਕਨ ਜਿਹੜੇ ਸੀਗੇ ਹਾਊਸ ਅਤੇ ਸੈਨੇਟ ਵਾਲੇ ਉਹਨਾਂ ਨੇ ਅੱਗੇ ਲੱਗਣ ਨਹੀਂ ਦਿੱਤੀ ਗੱਲ, ਅਤੇ ਉਹਨੇ ਫਿਰ ਐਗਜ਼ੈਕਟਿਵ ਆਰਡਰ ਦੇ ਰਾਹੀਂ ਡਾਕਾ ਕੀਤਾ, ਉਹ ਕੁਛ ਕਰ ਨਹੀਂ ਸਕਿਆ, ਮਤਲਬ ਕਹੀ ਗਿਆ ਪਰ ਹੋਇਆ ਨਹੀਂ। ਇਹੀ ਗੱਲ ਪ੍ਰੈਜੀਡੈਂਟ ਬੁਸ਼ ਨੇ ਕੀਤੀ, ਜਦੋਂ ਉਹਦੇ ਕੋਲ ਮੈਜੋਰਟੀ ਸੀ ਉਦੋਂ ਉਹਨੇ ਕੁਛ ਨਹੀਂ ਕੀਤਾ, ਬਾਅਦ ਦੇ ਵਿੱਚ ਕਹਿਣਾ ਸ਼ੁਰੂ ਕੀਤਾ, ਉਹ ਗੱਲ ਬਣੀ ਨਹੀਂ। ਓਕੇ, ਇੱਥੇ ਆ ਫਰਕ ਵੀ ਪ੍ਰੈਜੀਡੈਂਟ ਜਿਹੜੇ ਬਾਈਡਨ ਨੇ ਉਹਨਾਂ ਦੀ ਮੈਜੋਰਟੀ ਵੀ ਆ, ਹੁਣ ਲੋਕਾਂ ਦੀ ਜਿਹੜੀ ਉਹਨਾਂ ਪਿੱਛੇ ਜਿਹੜੀ ਤਾਕਤ ਹੈਗੀ ਆ ਉਹ ਵੀ ਹੈਗੀ ਆ, ਬਿਲਕੁਲ ਉਹਨਾਂ ਕੋਲ ਪੋਲੀਟੀਕਲ ਕੈਪੀਟਲ ਜਿਹਨੂੰ ਅਸੀਂ ਕਹਿੰਦੇ ਉਹ ਵੀ ਹੈਗਾ, ਉਹ ਹੁੰਦਾ ਕਿ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਅਤੇ ਉਹਨਾਂ ਕੋਲ ਲੋਕਾਂ ਦਾ ਮੈਂਡੇਟ ਆ, ਅਤੇ ਉਹ ਹੁਣ ਇਸ ਟਾਈਮ 'ਤੇ ਆਪਣੀ ਇਹ ਲੱਗ ਰਿਹਾ ਵੀ ਉਹਨਾਂ ਦੀ ਇੱਛਾ ਹੈਗੀ ਆ ਵੀ ਇਹ ਬਿੱਲ ਪਾਸ ਹੋਵੇ। ਜੀ, ਸੋ ਜਦੋਂ ਪ੍ਰੈਜੀਡੈਂਟ ਚਾਹੁੰਦਾ ਕੋਈ ਚੀਜ਼ ਤਾਂ ਪਹਿਲਾਂ ਉਹ ਕਰਾ ਸਕਦਾ ਹਮੇਸ਼ਾ। ਸੋ ਇੱਕ ਤਾਂ ਇਹ ਇੰਪੋਰਟੈਂਟ ਗੱਲ। ਜੀ ਜੀ ਜੀ। ਦੂਜੀ ਗੱਲ ਇਹ ਹੈਗੀ ਆ ਕਿ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਆਪ ਡਿਵਾਈਡਡ ਆ, ਕਿ ਰਿਪਬਲਿਕਨ ਪਾਰਟੀ ਦੇ ਵਿੱਚ ਹੁਣ ਜੋ ਕੁਛ 15-16 ਕਹਿੰਦੇ ਜੋ ਮੈਂਬਰ ਇੰਦਰ ਆ ਗਏ, ਜੋ ਕੁਛ ਆ ਕੈਪੀਟਲ 'ਚ ਹੋਇਆ ਜੀ, ਉਦੋਂ ਬਾਅਦ ਇੱਕ ਸੀਰੀਅਸ ਡਿਵੀਜ਼ਨ ਆ। ਡਿਵੀਜ਼ਨ ਇਹ ਆ ਕਿ ਰਿਪਬਲਿਕਨ ਪਾਰਟੀ ਦੇ ਵਿੱਚ ਦੋ ਗਰੁੱਪ ਨੇ, ਇੱਕ ਗਰੁੱਪ ਤਾਂ ਹੈਗਾ ਟਰੰਪ ਦੇ ਨਾਲ ਜੀ, ਜਿਹੜਾ ਕਹਿੰਦਾ ਕਿ ਟਰੰਪ ਠੀਕ ਆ ਤਾਂ ਉਹਦੀਆਂ ਪੋਲਿਸੀਆਂ ਠੀਕ ਨੇ, ਇੱਕ ਗਰੁੱਪ ਟਰੰਪ ਦੇ ਖਿਲਾਫ ਆ ਜੀ। ਸੋ ਜਿਹੜਾ ਟਰੰਪ ਤੋਂ ਖਿਲਾਫ ਗਰੁੱਪ ਆ ਉਹ ਗਰੁੱਪ ਥੋੜ੍ਹਾ ਮੋਡਰੇਟ ਅਤੇ ਰੀਜਨੇਬਲ ਆ, ਉਹ ਲੋਕਾਂ ਦੀ ਜਿਹੜੀ ਅੱਜ ਕੱਲ੍ਹ ਦੀ ਸੋਚ ਆ ਨਬਜ ਉਹ ਦੇਖ ਰਿਹਾ, ਤਾਂ ਹੋ ਸਕਦਾ ਵੀ ਜਿਹੜਾ ਉਹ ਟਰੰਪ ਦੇ ਐਂਟੀ ਗਰੁੱਪ ਆ ਉਹ ਜਿਹੜੇ ਇਮੀਗ੍ਰੇਸ਼ਨ ਦੇ ਕਾਨੂੰਨ ਨੇ ਇਹਨਾਂ ਨੂੰ ਮਤਲਬ ਪਾਸ ਕਰਾਉਣ ਦੇ ਵਿੱਚ ਮਦਦਗਾਰ ਸਾਬਤ ਹੋਵੇ। ਸੋ ਇਹਨਾਂ ਗੱਲਾਂ ਕਰਕੇ ਲੱਗਦਾ ਵੀ ਇਹ ਪਾਸ ਹੋਏਗਾ, ਪਰ ਜਿਸ ਫੋਰਮ ਦੇ ਵਿੱਚ ਇਹ ਬਿੱਲ ਰੱਖਿਆ ਗਿਆ, ਜੋ ਜਿਹੜੀਆਂ ਗੱਲਾਂ ਮੈਂ ਹੁਣ ਦੱਸੀਆਂ ਨੇ ਵੀ ਆਹ ਗੱਲਾਂ ਇਹ 'ਚ ਹੈਗੀਆਂ, ਜ਼ਰੂਰੀ ਨਹੀਂ ਵੀ ਇਹ ਗੱਲਾਂ ਇਸੇ ਤਰ੍ਹਾਂ ਹੀ ਪਾਸ ਹੋਣ। ਜੀ ਜੀ ਜੀ। ਹੋ ਸਕਦਾ ਇਹਨੂੰ ਥੋੜ੍ਹਾ ਰਿਸਟ੍ਰਿਕਟ ਕੀਤਾ ਜਾਵੇ, ਓਕੇ, ਜਾਂ ਟਾਈਮ ਫਰੇਮ ਵਧਾਇਆ ਜਾਵੇ ਵੀ ਜਿਹੜੇ ਬੰਦਿਆਂ ਨੂੰ ਗ੍ਰੀਨ ਕਾਰਡ 5 ਸਾਲ 'ਚ ਮਿਲਣਾ ਉਹ ਸਕਦਾ 8 ਸਾਲ ਕਰ ਦੇਣ ਜਾਂ 10 ਕਰ ਦੇਣ। ਸੋ ਕੁਛ ਵੀ ਚੇਂਜ ਹੋ ਸਕਦੀ ਆ, ਪਰ ਹੋਏਗੀ ਜ਼ਰੂਰ, ਕਿਉਂਕਿ ਜਿਹੜੇ ਲੀਡਰ ਨੇ ਰਿਪਬਲਿਕਨ ਪਾਰਟੀ ਦੇ ਜਿਹਨਾਂ ਦੀ ਵੋਟ ਇਹਨਾਂ ਨੂੰ ਚਾਹੀਦੀ ਆ ਉਹ ਕੁਛ ਨਾ ਕੁਛ ਅਮੈਂਡਮੈਂਟ ਰੱਖਣਗੇ, ਪਰ ਇੱਥੋਂ ਇਹ ਲੱਗਦਾ ਵੀ ਪਾਸ ਜ਼ਰੂਰ ਹੋਏਗਾ, ਅਤੇ
ਦੇ ਜਿਹੜੇ ਜਿਹੜੇ ਚਾਹੁਣ ਵਾਲੇ ਨੇ, ਖਾਸ ਕਰਕੇ ਜਿਹੜੀ ਆਪਣੀ ਕਮਿਊਨਿਟੀ ਆ, ਆਪਾਂ ਸਾਰੇ ਇਮੀਗ੍ਰੈਂਟ ਹੀ ਹਾਂ ਬਿਲਕੁਲ, ਅਤੇ ਇਸ ਕਰਕੇ ਉਹਨਾਂ ਲਈ ਜਿਹੜੇ ਹਿਸਪੈਨਿਕ ਹੋ ਗਏ, ਜਿਹੜੇ ਕਿ ਮਤਲਬ ਮੈਕਸੀਕਨ ਰੀਜਨ ਦੇ ਲੋਕ ਨੇ, ਆਪਣੇ ਇੰਡੀਅਨ ਹੋ ਗਏ ਜਿਵੇਂ ਆਪਾਂ ਪੰਜਾਬੀ ਹਾਂ ਜਾਂ ਗੁਜਰਾਤੀ ਹੈ ਸਾਰੇ, ਪਾਕਿਸਤਾਨੀ ਹੋ ਗਏ, ਉਸ ਤੋਂ ਬਾਅਦ ਜਿਹੜੇ ਜਿਹੜੀ ਏਸ਼ੀਅਨ ਕਮਿਊਨਿਟੀ ਦੇ ਹੋ ਗਏ ਜਿਵੇਂ ਚਾਈਨੀਜ਼ ਹੋ ਗਏ, ਜੈਪਨੀਜ਼, ਸੋ ਜਿੰਨੇ ਵੀ ਸਾਰੇ ਆ, ਜਾਂ ਈਵਨ ਜਿਹੜੇ ਹੈਗੇ ਆ ਸਾਊਥ ਅਮੈਰੀਕਾ ਦੇ ਹੋ ਗਏ, ਬ੍ਰਾਜ਼ੀਲ ਵਗੈਰਾ ਦੇ, ਉਹ ਸਾਰਿਆਂ ਵਾਸਤੇ ਇਹ ਇੱਕ ਬਹੁਤ ਹੀ ਵਧੀਆ ਕਾਨੂੰਨ ਆ ਜਿਹੜਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀਆਂ ਪਾਲਿਸੀਆਂ ਤੋਂ 180 ਡਿਗਰੀ ਦਾ ਫਰਕ ਆ। ਸੋ ਇਹਦੇ 'ਚ ਮੈਨੂੰ ਆਸ ਹੈ ਕਿ ਬਿੱਲ ਜਿਹੜਾ ਹੈਗਾ ਉਹ ਪਾਸ ਹੋਏਗਾ, ਲਾ ਬਣੇਗਾ, ਪਰ ਫਾਈਨਲ ਕੀ ਸ਼ਰਤਾਂ ਹੋਣਗੀਆਂ ਉਹ ਆਪਾਂ ਜਿਵੇਂ ਜਿਵੇਂ ਇਹਦੀ ਡਿਵੈਲਪਮੈਂਟ ਹੋਈ ਦੱਸਾਂਗੇ। ਠੀਕ ਹੈ, ਉਸ ਤਰ੍ਹਾਂ ਦੱਸਦੇ। ਇੱਕ ਇਹਨਾਂ ਨੇ ਹੋਰ ਵੀ ਇੱਕ ਸਟੇਟਮੈਂਟ ਦਿੱਤੀ ਹੈ ਵੀ ਅਗਲੇ ਜਿਹੜੇ 100 ਦਿਨ ਜੇ ਕਿਸੇ ਨੂੰ ਡੈਪੋਟੇਸ਼ਨ ਲੱਗੀ ਹੈ ਤਾਂ ਉਹ ਰੋਕੀ ਜਾ ਸਕਦੀ ਹੈ। ਹਾਂਜੀ, ਉਹ ਇਹਨਾਂ ਨੇ ਐਗਜੈਕਟਿਵ ਆਰਡਰ ਉਹ ਵੀ ਕੀਤਾ, ਇਹਨਾਂ ਨੇ ਕਿਹਾ ਉਹਦੇ ਵਿੱਚ ਹੀ ਆ ਕੇ ਉਹਨਾਂ ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਪਿੱਛੇ ਰੂਲ ਬਣਾਏ ਆ ਉਹਨਾਂ ਨੂੰ ਫਰੀਜ਼ ਕਰਤਾ, ਅਤੇ ਕਿਹਾ ਵੀ ਜੋ ਵੀ ਉਹਨੇ ਚੇਂਜਸ ਕੀਤੀਆਂ ਨੇ, ਇਹ ਵੀ ਇੱਕ ਰੂਲ ਸੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੀ ਡੈਪੋਟੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾਵੇ, ਜ਼ੀਰੋ ਟੋਲਰੈਂਸ ਪੋਲਿਸੀ ਇਹਨਾਂ ਨੇ ਉਹਨੂੰ ਵੀ ਰਿਵੋਕ ਕਰਤਾ। ਇਹ ਕਿਹਾ ਵੀ ਹਰੇਕ ਬੰਦੇ ਨੂੰ ਡਿਪੋਰਟ ਨਾ ਕਰੋ, ਅਤੇ 100 ਦਿਨ ਲਈ ਬੰਦ ਕਰਤੀਆਂ ਡੈਪੋਟੇਸ਼ਨਾਂ, ਦੇਖਾਂ ਇਹ ਕਿਹਨੂੰ ਡਿਪੋਰਟ ਕਰਨਾ। ਜੀ ਜੀ, ਅਤੇ ਉਹ 'ਚ ਜਿਹੜਾ ਬੰਦੇ ਡਿਪੋਰਟ ਕਰਨੇ ਨੇ ਉਹ ਹੋਣਗੇ ਜਿਹੜੇ ਕ੍ਰਿਮੀਨਲ ਹੋਣਗੇ, ਜਿਹੜੇ ਨੋਨ ਕ੍ਰਿਮੀਨਲ ਨੇ ਅਤੇ ਉਹਨਾਂ ਨੂੰ ਅਸੀਂ ਡਿਪੋਰਟ ਨਹੀਂ ਕਰਨਾ। ਠੀਕ, ਅਤੇ ਜਿਵੇਂ ਹੁਣ ਬੱਚਿਆਂ ਨੂੰ ਨਹੀਂ ਕਰਨਾ ਜਾਂ ਜਿਵੇਂ ਔਰਤਾਂ ਨੂੰ, ਇੱਦਾਂ ਦੀਆਂ ਹੈਗੀਆਂ ਉਹਦੇ 'ਚ। ਸੋ ਇਸ ਕਰਕੇ ਉੱਦਾਂ ਜਿਹੜੀ ਹੈਗੀ ਡੈਪੋਟੇਸ਼ਨ ਰੋਕਤੀ ਆ, ਇਹਦਾ ਹੁਣ ਫਾਇਦਾ ਜ਼ਿਆਦਾ ਜਿਹੜੇ ਜੇਲ੍ਹਾਂ 'ਚ ਬੰਦੇ ਉਹਨਾਂ ਨੂੰ ਹੋਊਗਾ ਜਾਂ ਜਿਹਨਾਂ ਦੇ ਆਈਸ ਵਾਲੇ ਛਾਪੇ ਮਾਰਦੇ ਸੀ ਉਹਨਾਂ 'ਤੇ ਹੋਊਗਾ। ਓਕੇ, ਸੋ ਉਹਦੇ ਨਾਲ ਡਿਟੈਂਸ਼ਨ ਦੇ ਵਿੱਚ ਕੁਝ ਬੰਦੇ ਜਿਹੜੇ ਨੇ ਉਹ 'ਚੋਂ ਬਾਹਰ ਆਉਣ ਦੀ ਉਮੀਦ ਹੋ ਗਈ ਹੈ। ਜੀ ਜੀ, ਬਹੁਤ ਅੱਛਾ ਜੀ। ਦੋਸਤੋ, ਜਿਵੇਂ ਕਿ ਤੁਸੀਂ ਦੇਖਿਆ ਕਿ ਇਸ ਦਾ ਜਸਪ੍ਰੀਤ ਸਿੰਘ ਅਟੋਰਨੀ ਅਡਲਾਂ ਨੇ ਬੜੇ ਥੋਰੋਲੀ ਪਿਛਲੇ ਦਿਨਾਂ ਦੌਰਾਨ ਜਿਹੜੇ ਇੱਥੇ ਘਟਨਾਵਾਂ ਹੋਈਆਂ, ਨਵੇਂ ਐਗਜੈਕਟਿਵ ਆਰਡਰ ਬਣੇ ਅਤੇ ਰਾਸ਼ਟਰਪਤੀ ਨਵੇਂ ਚੁਣੇ ਗਏ, ਉਹਦੇ ਬਾਰੇ ਬੜਾ ਤਫਤੀਜ਼ ਨਾਲ ਇਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਹੁਣ ਅਸੀਂ ਅਗਲਾ ਜਿਹੜਾ ਐਪੀਸੋਡ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਤੁਸੀਂ ਸਾਨੂੰ ਆਪਣੇ ਸਵਾਲ ਪੁੱਛਦੇ ਹੋ ਇਮੀਗ੍ਰੇਸ਼ਨ ਬਾਬਤ। ਅਤੇ ਇੱਕ ਫਿਰ ਦੱਸ ਦਈਏ ਕਿ ਸਰ ਜਸਪ੍ਰੀਤ ਸਿੰਘ ਅਟਾਰਨੀ ਅਡਲਾ ਦਾ ਫੋਨ ਨੰਬਰ ਆ 9179154142। ਕੋਈ ਵੀ ਤੁਹਾਡਾ ਇਮੀਗ੍ਰੇਸ਼ਨ ਬਾਬਤ ਸਵਾਲ ਆ, ਤੁਸੀਂ ਇਹਨਾਂ ਨੂੰ ਉਹ ਸਵਾਲ ਫੋਨ ਕਰਕੇ ਜਾਂ ਟੈਕਸਟ ਮੈਸੇਜ ਕਰਕੇ ਪੁੱਛ ਸਕਦੇ ਹੋ। ਸਾਡਾ ਯੂਟਿਊਬ ਚੈਨਲ ਵੀ ਹੈ, ਉਹਦੇ ਵਿੱਚ ਵੀ ਤੁਸੀਂ ਜਿਹੜਾ ਆਪਣਾ ਸਵਾਲ ਆ ਉਹ ਇਮੀਗ੍ਰੇਸ਼ਨ ਬਾਬਤ ਲਿਖ ਸਕਦੇ ਹੋ। ਅਸੀਂ ਅਗਲੇ ਐਪੀਸੋਡ ਵਿੱਚ ਉਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਪਹਿਲਾ ਸਵਾਲ ਆ, ਹੈਲਥ ਇੰਸ਼ੋਰੈਂਸ ਦਾ ਨਵਾਂ ਰੂਲ ਕਹਿੰਦੇ ਸ਼ੁਰੂ ਹੋਇਆ, ਟਰੰਪ ਸਾਹਿਬ ਨੇ ਸ਼ੁਰੂ ਕੀਤਾ ਸੀਗਾ, ਅਤੇ ਜਿਹੜਾ ਵੀ ਹੁਣ ਇੱਥੇ ਮਾਈਗ੍ਰੇਟ ਹੋ ਕੇ ਆਊਗਾ ਇਮੀਗ੍ਰੇਸ਼ਨ ਵੀਜ਼ੇ 'ਤੇ, ਉਹਨੂੰ ਜਿਹੜੀ ਹੈਲਥ ਇੰਸ਼ੋਰੈਂਸ ਕਰਵਾਉਣੀ ਬੜੀ ਜ਼ਰੂਰੀ ਹੋ ਗਈ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਰੂਲ ਲਾਗੂ ਕੀਤਾ ਆ, ਅਤੇ ਕਾਫੀ ਹਾਰਸ਼ ਆ, ਕਾਫੀ ਸਖਤ ਆ, ਅਤੇ ਕਈ ਰੂਲ ਜਿਹੜੇ ਕੋਰਟਾਂ ਨੇ ਸਟੇਅ ਕੀਤੇ ਨੇ ਜੀ, ਅਤੇ ਲੇਕਿਨ ਇਹ ਹੁਣ ਪਤਾ ਨਹੀਂ ਇਹਨੂੰ ਅੰਬੈਸੀ ਕਿਸ ਤਰ੍ਹਾਂ ਇੰਪਲੀਮੈਂਟ ਕਰੂਗੀ। ਹੋ ਸਕਦਾ ਜੋ ਬਾਈਡਨ ਦੇ ਜਿਹੜੇ ਨਵੀਆਂ ਗਾਈਡਲਾਈਨ ਆ ਉਹਦੇ ਵਿੱਚ ਇਹ ਪੂਰੀ ਤਰ੍ਹਾਂ ਇੰਪਲੀਮੈਂਟ ਨਾ ਹੋਵੇ, ਪਰ ਮੇਰੀ ਸੁਝਾਅ ਇਹ ਆ ਵੀ ਜਿਹਨਾਂ ਨੂੰ ਜਿਹਨਾਂ ਦੀ ਇੰਟਰਵਿਊਜ਼ ਵਗੈਰਾ ਆਈਆਂ ਨੇ ਹੁਣ ਅਗਲੇ ਮਹੀਨੇ ਜਿਵੇਂ ਫਰਵਰੀ ਮਾਰਚ, ਅਤੇ ਉਹਨਾਂ ਨੂੰ ਜਿਹੜਾ ਲੈਟਰ ਆ ਉਹ 'ਚ ਲਿਖਿਆ ਹੈਲਥ ਇੰਸ਼ੋਰੈਂਸ ਕਰਾਈ ਜਾਵੇ, ਉਹਨਾਂ ਨੂੰ ਕਰਾਉਣੀ ਚਾਹੀਦੀ ਆ, ਕਿਉਂਕਿ ਇਹ ਨਾ ਹੋਵੇ ਵੀ ਉਹ ਕਰਾਉਣ ਨਾ ਅਤੇ ਉੱਧਰੋਂ ਇੰਟਰਵਿਊ 'ਤੇ ਉਹਨਾਂ ਨੂੰ ਮੁੜ ਕੇ ਰਿਜੈਕਟ ਕਰ ਦੇਣ। ਜੀ, ਅੱਗੋਂ ਜਿਹੜੀ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਹੈ ਆਪਣੀ ਪੋਲਿਸੀ ਜਾਰੀ ਕਰ ਰਹੀ ਆ, ਅਤੇ ਅੱਜ ਜਿਹੜੇ ਡਿਫੈਂਸ ਸੈਕਟਰੀ ਨੇ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਪੱਕੀ ਹੋ ਗਈ ਆ, ਸੋ ਹੁਣ ਗਾਂ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਕਨਫਰਮ ਹੋਣਗੇ ਸੈਨੇਟ ਤੋਂ ਜੀ, ਪੱਕੇ ਹੋਣਗੇ, ਅਤੇ ਉਦੋਂ ਬਾਅਦ ਫਿਰ ਆਪੋ ਆਪਣੇ ਡਿਪਾਰਟਮੈਂਟਾਂ ਜਿਵੇਂ ਸੈਕਟਰੀ ਆਫ ਸਟੇਟ ਆਉਣਗੇ, ਉਹ ਫਿਰ ਕਰਨਗੇ ਜਿਹੜੇ ਜਿਹੜੇ ਇਹੋ ਜਿਹੇ ਰੂਲ ਡਿਟੇਲ 'ਚ ਨੇ। ਅਤੇ ਪਰ ਜੇ ਕਿਸੇ ਨੂੰ ਕੋਈ ਲੈਟਰ ਇਮੀਗ੍ਰੇਸ਼ਨ ਦਾ ਆਇਆ ਕਿ ਇੰਟਰਵਿਊ ਹੈ ਅਤੇ ਹੈਲਥ ਇੰਸ਼ੋਰੈਂਸ ਕਰਾਓ, ਉਹ ਕਰਾਉਣੀ ਪੈਣੀ ਆ, ਪਰ ਇਹ ਲੱਗਦਾ ਹੈ ਕਿ ਗਾਂਹ ਚੱਲ ਕੇ ਰੂਲ ਲਾਗੂ ਨਹੀਂ ਹੋਏ। ਇੱਕ ਇਹ ਵੀ ਦੇਖਣ 'ਚ ਆਇਆ ਜੀ, ਹੈਲਥ ਇੰਸ਼ੋਰੈਂਸ ਜਿਹੜੀ ਇਹ ਆਮ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ, ਕੋਈ ਇੰਟਰਨੈਸ਼ਨਲ ਲੈਵਲ ਦੀ ਕੋਈ ਹੁੰਦੀ ਆ? ਨਹੀਂ, ਕਰਾਉਣੀ ਦਾ ਹੈਲਥ ਇੰਸ਼ੋਰੈਂਸ ਜਿਹੜੇ ਹੈਲਥ ਵਾਲੇ ਉਹਨਾਂ ਤੋਂ ਹੀ ਆ, ਰੈਗੂਲਰ ਹੀ ਆ, ਮਤਲਬ ਜਿਹੜੇ ਹੈਲਥ ਇੰਸ਼ੋਰੈਂਸ ਕਰਦੇ ਨੇ ਜਿਹੜੇ ਏਜੰਟ ਨੇ ਹੈਲਥ ਦੇ, ਉਹਨਾਂ ਨੂੰ ਹੀ ਕੰਟੈਕਟ ਕਰਨਾ ਪੈਂਦਾ ਜੀ, ਪਰ ਹੈਲਥ ਇੰਸ਼ੋਰੈਂਸ ਇਸ ਕਰਕੇ ਕਰਾਉਣੀ ਪੈਂਦੀ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਬਾਹਰੋਂ ਆ ਰਿਹਾ ਬੰਦਾ ਵੀ ਜੇ ਬਿਮਾਰ ਬਿਮੂਰ ਹੋ ਗਿਆ ਤਾਂ ਉਹ ਸਟੇਟ 'ਤੇ ਖਰਚਾ ਜਾਂ ਮੈਡੀਕਲ ਜਿਵੇਂ ਹੁੰਦਾ ਉਹ 'ਤੇ ਪਊਗਾ, ਜਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਫਰੀ ਵਾਲੇ ਉਹਨਾਂ 'ਤੇ, ਅਤੇ ਉਹਦੇ ਕਰਕੇ ਹੈ ਤਾਂ ਹਾਰਸ਼ ਹੈ, ਪਰ ਫਿਰ ਵੀ ਜਿਵੇਂ ਹੁਣ ਰਿਕੁਆਇਰਮੈਂਟ ਆ, ਪਰ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਮੇਂ 'ਚ ਇਹ ਰੂਲ ਜਿਹੜਾ ਹੈਗਾ ਇਹਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਲਾਗੂ ਨਹੀਂ ਕਰੂਗੀ, ਪਰ ਫਿਲਹਾਲ ਜਿਹਨਾਂ ਦੀ ਇੰਟਰਵਿਊ ਆਈਆਂ ਉਹਨਾਂ ਨੂੰ ਫੋਲੋ ਕਰਨਾ ਪੈਣਾ। ਕਈ ਲੋਕ ਇਹ ਵੀ ਸਮਝ ਲੈਂਦੇ ਸ਼ਾਇਦ ਇਹ ਟਰੈਵਲ ਇੰਸ਼ੋਰੈਂਸ ਨਹੀਂ, ਟਰੈਵਲ ਇੰਸ਼ੋਰੈਂਸ ਨਹੀਂ ਹੁੰਦੀ, ਟਰੈਵਲ ਨਹੀਂ ਹੈਗੀ, ਇਹ ਹੈਲਥ ਇੰਸ਼ੋਰੈਂਸ ਆ, ਉਹ ਵੀ ਅਮਰੀਕਾ ਦੀ, ਬਿਲਕੁਲ ਇਹ ਕੋਈ ਇੰਡੀਆ ਦੀ ਟਰੈਵਲ ਦੀ ਨਹੀਂ ਹੈ, ਜਿਵੇਂ ਆਪਾਂ ਇੱਥੇ ਓਬਾਮਾ ਕੇਅਰ ਥੱਲੇ ਜਾਂ ਦੂਜਾ ਆਪਾਂ ਹੈਲਥ ਇੰਸ਼ੋਰੈਂਸ ਕਰਦੇ ਹਾਂ, ਇਹ ਜਿਹੜੀ ਹੈਲਥ ਇੰਸ਼ੋਰੈਂਸ ਉਸ ਕਿਸਮ
ਅਗਲਾ ਹੈਗਾ ਜੀ R1 ਵੀਜ਼ਾ ਬਾਰੇ ਦੱਸੋ ਜੀ, ਕੀ ਇਸ 'ਤੇ ਤਾਂ ਕੋਈ ਬੈਨ ਨਹੀਂ ਹੈ? ਨਹੀਂ, R1 'ਤੇ ਕੋਈ ਬੈਨ ਨਹੀਂ. R1 ਬੇਸਿਕਲੀ ਪ੍ਰੀਸਟ ਕੇਸ ਹੁੰਦਾ, ਜਿਵੇਂ ਗੁਰਦੁਆਰਿਆਂ ਦੇ ਜਾਂ ਮੰਦਰਾਂ ਦੇ ਜਿਹੜੇ ਮਤਲਬ ਪ੍ਰੀਸਟਾਂ ਵਾਸਤੇ ਧਾਰਮਿਕ, ਇਹਤੇ ਤਾਂ ਧਾਰਮਿਕ ਲਈ ਇਹਤੇ ਕੋਈ ਬੈਨ ਨਹੀਂ ਹੈਗਾ, ਇਹਤੇ ਤਾਂ ਇਹ ਅਪਲਾਈ ਹੋ ਰਿਹਾ ਜੀ. ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ, ਕੀ USA ਵਿੱਚ ਫਾਰਮ ਵੀਜ਼ਾ ਮਿਲ ਸਕਦਾ? ਦੇਖੋ, ਫਾਰਮ ਵੀਜ਼ੇ ਹੁੰਦੇ ਤਾਂ ਹੈ ਇੱਥੇ, ਪਰ ਉਹ ਬੜੇ ਥੋੜ੍ਹੇ ਆ ਨੰਬਰ, ਉਹਦਾ ਵੀਜ਼ਾ ਨੰਬਰ, ਅਤੇ ਉਹ ਫਿਲਅਪ ਹੋ ਜਾਂਦੇ ਨੇ ਜ਼ਿਆਦਾ ਜਿਹੜੇ ਹੈਗੇ ਮੈਕਸੀਕੋ ਤੋਂ ਬੰਦੇ ਆਉਂਦੇ ਆ. ਅਤੇ ਹੁਣ ਦੇਖੋ ਆ ਨਵੀਂ ਐਡਮਿਨਿਸਟ੍ਰੇਸ਼ਨ ਕੀ ਪੋਲਿਸੀ ਬਣਾਉਂਦੀ ਉਹਦੇ ਤਹਿਤ, ਜੇ ਅਪਲਾਈ ਮਤਲਬ ਕਰਕੇ ਦੇਖ ਸਕਦੇ ਨੇ, ਪਰ ਉਹ 'ਚ ਵੀਜ਼ਾ ਨੰਬਰ ਬਹੁਤ ਘੱਟ ਆ. ਓਕੇ, ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਆ ਜੀ, F4 ਵੀਜ਼ਾ ਜਿਹੜਾ ਸੀਗਾ ਕੈਟਾਗਰੀ 'ਚ, ਅਸੀਂ ਜੂਨ 2005 'ਚ ਅਪਲਾਈ ਕੀਤਾ ਸੀ, ਪਹਿਲਾਂ ਪੇਪਰ ਨਿਕਲ ਗਏ ਸਨ, ਨਾਮ ਵੀ ਆ ਗਿਆ ਸੀ, ਕਰੋਨਾ ਕਰਕੇ ਏਜ ਜਿਹੜੀ ਉਹਨਾਂ ਦੀ 3 ਮਹੀਨੇ ਜ਼ਿਆਦਾ ਹੋ ਗਈ, ਕੀ ਉਹਦੀ ਅਪੀਲ ਕੀਤੀ ਜਾ ਸਕਦੀ ਹੈ? ਦੇਖੋ, ਇਸ ਤਰ੍ਹਾਂ ਹੈਗਾ ਕਿ ਅੰਡਰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਮਤਲਬ ਜਿਹੜੇ 21 ਸਾਲ ਤੋਂ ਉੱਪਰ ਹੋ ਜਾਣ, ਉਹ ਕਵਰ ਹੋ ਜਾਂਦੇ ਨੇ ਜੇ ਉਹਦੀ ਉਹ ਕੈਲਕੂਲੇਸ਼ਨ 'ਚ ਆਉਣ, ਅਤੇ ਉਹਦੇ ਅੰਡਰ ਇਹ ਟਰਾਈ ਕਰਕੇ ਦੇਖ ਸਕਦੇ ਆ. ਪਰ ਇਹ ਹੁਣ ਜ਼ਿਆਦਾ ਫਿਰ ਮੈਨੂੰ ਸੰਪਰਕ ਕਰ ਲੈਣ, ਸਾਰੇ ਪੇਪਰ ਭੇਜਣ, ਮੈਂ ਦੇਖ ਕੇ ਦੱਸ ਦੂੰਗਾ ਵੀ ਕੀ ਹੋ ਸਕਦਾ. ਇੱਦਾਂ ਤਾਂ ਹੁਣ ਬਿਨਾਂ ਦੇਖੇ ਜੀ ਇਹਨਾਂ ਦਾ ਸਾਰਾ ਉਹ ਨਹੀਂ ਆਪਾਂ ਦੱਸ ਸਕਦੇ ਕਿ ਕੁਆਲੀਫਾਈ ਕਰਦੇ ਜਾਂ ਨਹੀਂ ਕਰਦੇ ਜੀ ਜੀ. ਸੋ ਇਹ ਮੈਨੂੰ ਆਪਣਾ ਜੋ ਵੀ ਇਹਨਾਂ ਨੇ ਅਪਲਾਈ ਕੀਤਾ, ਜੋ ਇਹਨਾਂ ਦੀ ਆਇਆ ਬਾਅਦ 'ਚ ਵੀਜ਼ਾ ਨੰਬਰ ਵਗੈਰਾ, ਅਤੇ ਕਿੱਦਾਂ ਉਹ ਏਜ ਆਊਟ ਹੋਇਆ, ਉਹ ਸਾਰਾ ਮੈਨੂੰ ਭੇਜਣ, ਮੈਂ ਦੇਖ ਕੇ ਦੱਸ ਦੂੰ ਇਹਨਾਂ. ਸਰਦਾਰ ਜਸਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਫੋਨ ਨੰਬਰ ਆ 9179154142, ਸਾਡੀ ਸਕਰੀਨ 'ਤੇ ਵੀ ਇਹ ਨੰਬਰ ਤੁਸੀਂ ਲਿਖਿਆ ਦੇਖ ਸਕਦੇ ਹੋ, ਕਦੇ ਵੀ ਇਹਨਾਂ ਨੂੰ ਟੈਕਸਟ ਮੈਸੇਜ ਕਰਕੇ ਆਪਣਾ ਸਵਾਲ ਉੱਥੋਂ ਵੀ ਪੁੱਛ ਸਕਦੇ ਹੋ. F3 ਵੀਜ਼ਾ ਲਈ 2010 'ਚ ਅਪਲਾਈ ਕੀਤਾ, ਕਿੰਨਾ ਕੁ ਟਾਈਮ ਲੱਗ ਜਾਂਦਾ F3 ਨੂੰ? ਇਹਨੂੰ ਤਾਂ 9 ਤੋਂ 10 ਸਾਲ ਲੱਗ ਰਹੇ ਇਸ ਕੈਟਾਗਰੀ ਨੂੰ. ਸੋ 10 'ਚ ਕੀਤਾ, ਹੁਣ ਤਾਂ ਵਾਰੀ ਆਉਣ ਵਾਲੀ ਹੋਊਗੀ, ਜੇ ਹੁਣ ਬੈਨ ਖੁੱਲ੍ਹਦਾ ਫਿਰ ਦੱਸਾਂਗੇ ਵੀ ਕਿੰਨੇ ਕੁ ਟਾਈਮ 'ਚ ਵਾਰੀ ਆ ਜੂਗੀ ਜੀ. ਅਗਲਾ ਸਵਾਲ ਹੈ ਜੀ, ਜੇ ਕਿਸੇ ਬੰਦੇ ਦੀ ਡਿਪੋਰਟੇਸ਼ਨ ਹੋ ਜਾਵੇ ਤਾਂ ਕੀ ਉਸ ਦੀ 23 ਸਾਲ ਦੀ ਜਿਹੜੀ ਸਿਟੀਜ਼ਨ ਡਾਟਰ ਆ ਉਹ ਉਸਨੂੰ ਅਪਲਾਈ ਕਰ ਸਕਦੀ ਦੁਬਾਰਾ? ਬੱਚਾ ਅਪਲਾਈ ਤਾਂ ਕਰ ਸਕਦਾ ਮਾਂ ਬਾਪ ਲਈ, ਪਰ ਪ੍ਰੋਬਲਮ 10 ਸਾਲ ਦੀ ਬਾਹਰ ਦੀ ਆ. ਜੇ ਹੁਣ ਆਹ ਨਵਾਂ ਬਿੱਲ ਪਾਸ ਹੋ ਗਿਆ, ਇਹ 'ਚ ਬਾਹਰ ਟੁੱਟ ਜਾਂਦੀ ਹੈ. ਇਹਨਾਂ ਨੇ ਨਾਲ ਇਹ ਵੀ ਲਿਖਿਆ ਜੀ, ਪਿਤਾ ਜਿਹੜੇ ਆ ਡਿਪੋਰਟ ਹੋਏ ਆ 25 ਸਾਲ ਲਈ ਹੋਏ ਆ. ਨਹੀਂ ਦੇਖੋ, ਇਸ ਤਰ੍ਹਾਂ ਆ ਸਿਚੁਏਸ਼ਨ ਕਿ ਜਿਹੜਾ ਇਮੀਗ੍ਰੇਸ਼ਨ ਦੀ ਡੈਪੋਟੇਸ਼ਨ ਹੁੰਦੀ ਹੈ, ਜਿਵੇਂ ਮਤਲਬ ਕਿਸੇ ਦਾ ਅਸਾਈਲਮ ਦਾ ਕੇਸ ਫੇਲ ਹੋ ਗਿਆ ਜਾਂ ਓਵਰ ਸਟੇ ਕੀਤਾ, ਉਹ 10 ਸਾਲ ਦੀ ਹੁੰਦੀ ਹੈ. ਪਰ ਜੇ ਕਿਸੇ ਦੇ ਕ੍ਰਿਮੀਨਲ ਚਾਰਜ ਹੋਵੇ ਕੋਈ, ਉਹਦੇ ਕਰਕੇ ਡਿਪੋਰਟ ਹੋਇਆ, ਤਾਂ ਉਹ 20-25 ਸਾਲ. ਉਹ ਕਹਿੰਦੇ ਕ੍ਰਿਮੀਨਲ ਚਾਰਜ ਨਹੀਂ ਹੈਗਾ, ਸਿਰਫ ਉਹਨਾਂ ਨੇ ਆਪਣੀ ਜਿਹੜੀ ਹੇਅਰਿੰਗ ਸੀ ਉਹ ਮਿਸ ਕਰ ਦਿੱਤੀ. ਨਹੀਂ ਦੇਖੋ, ਜਿਹੜੀ ਇਮੀਗ੍ਰੇਸ਼ਨ ਦੀ ਡੈਪੋਟੇਸ਼ਨ ਉਹ 25 ਸਾਲ ਦੀ ਨਹੀਂ ਹੁੰਦੀ ਕਦੇ ਵੀ, ਹਮੇਸ਼ਾ 10 ਸਾਲ ਦੀ ਆ. ਓਕੇ, ਲੇਕਿਨ ਜੇ ਕਿਸੇ 'ਤੇ ਕੋਈ ਕ੍ਰਿਮੀਨਲ ਚਾਰਜ ਕਰਕੇ ਡਿਪੋਰਟ ਹੋਇਆ ਬੰਦਾ, ਵੀ ਉਹਨੂੰ ਸਜ਼ਾ ਹੋਈ ਆ ਪਹਿਲਾਂ ਜਿਹੜੀ ਕ੍ਰਿਮੀਨਲ ਕੋਰਟ 'ਚੋਂ, ਫਿਰ ਮੁੜ ਕੇ ਜੇਲ੍ਹ ਕੱਟੀ, ਫਿਰ ਇਮੀਗ੍ਰੇਸ਼ਨ ਚਲਿਆ ਗਿਆ, ਉਹ ਜੀ 20-25 ਸਾਲ ਦੀ ਆ. ਪਰ ਜੇ ਉੱਥੇ ਕ੍ਰਿਮੀਨਲ ਚਾਰਜ ਕੋਈ ਨਹੀਂ, ਇਕੱਲਾ ਇਹੀ ਆ ਕਿ ਅਸਾਈਲਮ ਕੇਸ ਫੇਲ ਹੋ ਗਿਆ, ਡੇਟ 'ਤੇ ਨਹੀਂ ਗਿਆ, ਉਹ 10 ਸਾਲ ਆ. ਹੁਣ ਜਦੋਂ ਅਪਲਾਈ ਉਹ ਕਰਨਗੇ, ਅਪਲਾਈ ਤਾਂ ਕਰ ਸਕਦੇ ਆ, ਪਰ ਉਹ ਫਿਰ 10 ਸਾਲ ਵੇਟ ਕਰਨੀ ਪੈਂਦੀ, ਇਹਦਾ ਵੇਵਰ ਕੋਈ ਨਹੀਂ ਗਾ. ਜਦੋਂ ਬੱਚੇ ਮਾਂ ਬਾਪ ਲਈ ਕਰਦੇ ਆ, ਉਹਦਾ 601 ਵੇਵਰ ਨਹੀਂ ਹੁੰਦਾ, ਉਹਨੂੰ 10 ਸਾਲ ਰਹਿਣਾ ਹੀ ਪੈਂਦਾ ਉੱਥੇ. ਜੇ ਹਸਬੈਂਡ ਵਾਈਫ ਕਰੇ ਇੱਕ ਦੂਜੇ ਲਈ, ਅਤੇ ਉੱਥੇ ਲੱਗੀ ਹੋਵੇ ਡੈਪੋਟੇਸ਼ਨ 10 ਸਾਲ ਦੀ, ਉਹ ਵੇਵਰ ਹੁੰਦਾ, ਉਹ ਬੰਦਾ ਫਿਰ ਉੱਥੋਂ ਸਾਲ 'ਚ ਆ ਜਾਂਦਾ. ਪਰ ਜੇ ਇਹਨਾਂ ਨੇ ਵੇਵਰ ਖਤਮ ਕਰ, ਜੇ ਆ 10 ਸਾਲ ਦੀ ਜਿਹੜੀ ਹੈਗੀ ਆ ਆੜਾ ਨਵਾਂ ਬਿੱਲ ਰੱਖਿਆ, ਇਹਦੇ ਵਿੱਚ ਖਤਮ ਹੋ ਜਾਂਦੀ ਆ, ਤਾਂ ਫਿਰ ਉਹ ਇਮੀਡੀਏਟ ਆ ਸਕਣਗੇ. ਓਕੇ, ਹਾਂਜੀ. ਅਗਲੇ ਦਰਸ਼ਕ ਲਿਖਦੇ ਆ ਜੀ ਕਿ B1 B2 ਵੀਜ਼ਾ ਜਿਹੜਾ ਉਹ ਪੈਂਡਿੰਗ ਪਿਆ, ਕਦੋਂ ਖੁੱਲ੍ਹਣਗੇ? ਦੇਖੋ ਰੰਧਾਵਾ ਸਾਹਿਬ, ਜਿਹੜਾ B1 B2 ਵੀਜ਼ਾ ਹੈਗਾ, ਵਿਜ਼ਟਰ ਵੀਜ਼ਾ ਬੇਸਿਕਲੀ, ਉਹ 'ਤੇ ਕੋਈ ਬੈਨ ਨਹੀਂ ਹੈਗਾ ਜੀ. ਜਿਹੜੇ ਟਰੰਪ ਨੇ ਬੈਨ ਲਾਏ ਸੀ ਉਹਨਾਂ 'ਤੇ B1 B2 ਵੀਜ਼ਾ ਨਹੀਂ ਗਾ, ਅਤੇ B1 B2 ਤਾਂ ਅੱਜ ਵੀ ਜਿਹੜਾ ਜੇ ਅੰਬੈਸੀ ਚਾਹੇ ਤਾਂ ਲਾ ਸਕਦੀ ਆ, ਪਰ ਕਿਉਂਕਿ ਕਰੋਨਾ ਕਰਕੇ ਉਹ ਜ਼ਿਆਦਾ ਇੰਟਰਵਿਊਜ਼ ਨਹੀਂ ਕਰ ਰਹੇ, ਐਮਰਜੈਂਸੀ ਕੇਸਾਂ 'ਚ ਕਰ ਰਹੇ ਆ. ਸੋ ਇਹ ਤਾਂ ਜਦੋਂ ਕਰੋਨਾ ਖਤਮ ਹੋਊਗਾ, ਜਾਂ ਇਹਦਾ ਪ੍ਰਕੋਪ ਹੋਰ 5-6 ਮਹੀਨੇ ਤੱਕ, ਉਸ ਤੋਂ ਬਾਅਦ ਜਿਹੜੇ ਵਿਜ਼ਟਰ ਵੀਜ਼ੇ ਸ਼ੁਰੂ ਹੋ ਜਾਣਗੇ ਨੋਰਮਲ, ਅਤੇ ਉਦੋਂ ਇਹ ਲਵਾ ਸਕਦੇ ਆ, ਅਪਲਾਈ ਅੱਜ ਵੀ ਕਰ ਸਕਦੇ ਆ. ਇੱਥੇ ਕੋਈ ਬੈਨ ਨਹੀਂ ਹੈਗਾ, ਅਤੇ ਨਾ ਹੀ ਇੱਥੇ ਕੋਈ, ਸੋ ਜੋ ਬੈਨ ਹੀ ਹੈ ਨਹੀਂ, ਤਾਂ ਖੁੱਲ੍ਹਣ ਦਾ ਸਵਾਲ ਹੀ ਨਹੀਂ. ਇਹਦਾ ਸਿਰਫ ਅੰਬੈਸੀ ਦੀ ਅਵੇਲੇਬਿਲਟੀ ਨਾਲ ਆ ਕਿ ਉਹ ਕਿੰਨੀਆਂ ਇੰਟਰਵਿਊਆਂ ਕਰਦੇ ਆ. ਓਕੇ, ਸੋ ਅਪਲਾਈ ਕਰਕੇ ਦੇਖ ਸਕਦੇ ਆ. ਓਕੇ, ਅਗਲਾ ਸਵਾਲ ਹੈ ਜੀ, ਸਿਟੀਜ਼ਨ ਨੇ ਇੰਡੀਆ ਤੋਂ ਉਸਨੂੰ ਸੱਦਣਾ, ਤਾਂ ਕਿੰਨਾ ਕੁ ਟਾਈਮ ਲੱਗਦਾ? ਇੰਡੀਆ ਤੋਂ ਜਿਹੜਾ ਸਿਟੀਜ਼ਨ ਆ ਸਪਾਊਸ ਨੂੰ ਸੱਦਦਾ, ਉਹਨੂੰ ਤਕਰੀਬਨ ਜਦੋਂ ਪਟੀਸ਼ਨ ਕਰਦੇ ਹਾਂ ਆਪਾਂ, ਅੱਗੇ ਤਾਂ 6 ਤੋਂ 8 ਮਹੀਨੇ ਲੱਗਦੇ ਸੀ, ਅੱਜ ਕੱਲ੍ਹ 1 ਸਾਲ ਤੋਂ ਉੱਪਰ ਲੱਗ ਰਿਹਾ ਜੀ. ਬਾਕੀ ਕਰੋਨਾ ਕਰਕੇ ਥੋੜ੍ਹੀ ਡਿਲੇਅ ਸੀ, ਹੁਣ ਦੇਖਦੇ ਹਾਂ ਐਡਮਿਨਿਸਟ੍ਰੇਸ਼ਨ ਤੇਜ਼ ਕਰ ਦੀ, ਕਿਉਂਕਿ ਇੱਥੇ ਕੋਈ ਜਿਹੜਾ ਨਾ ਬੈਨ ਹੈ ਅਤੇ ਨਾ ਇਹਦੇ 'ਤੇ ਕੋਈ ਵੀਜ਼ਾ ਨੰਬਰ ਦੀ ਅਵੇਲੇਬਿਲਟੀ ਦੀ ਗੱਲ ਆ. ਓਕੇ, ਇਹਦੀ ਕੋਈ ਮਤਲਬ ਜਿਹੜੀ ਪ੍ਰਾਇਓਰਟੀ ਡੇਟ ਨਹੀਂ ਹੈਗੀ, ਇਹ ਤਾਂ ਕਰੰਟ ਹੀ ਆ ਜਦੋਂ ਅਪਲਾਈ ਕਰਨਾ, ਪ੍ਰੋਸੈਸਿੰਗ ਹੀ ਆ. ਸੋ ਸਾਲ ਕੁ ਦਾ ਪ੍ਰੋਸੀਜਰ ਲੈ ਕੇ ਚੱਲੋ ਜੀ. ਜੀ, ਅਗਲਾ ਸਵਾਲ ਹੈ ਜੀ, ਕੋਰਟ ਡੇਟ ਜਿਹੜੀਆਂ ਉਹ ਕਦੋਂ ਸ਼ੁਰੂ ਹੋ ਰਹੀਆਂ? ਜਿਹੜੀਆਂ ਤਾਂ ਮਾਸਟਰ ਡੇਟਾਂ ਨੇ ਉਹ ਸਾਰੀਆਂ ਕੋਰਟਾਂ 'ਚ ਹੀ ਅੱਗੇ ਪੈ ਰਹੀਆਂ, ਅਤੇ ਜਿਹੜੀਆਂ ਇੰਡੀਵਿਜੁਅਲ ਫਾਈਨਲ ਡੇਟਾਂ ਨੇ ਉਹ ਜੱਜ ਕਰ ਰਹੇ ਨੇ, ਉਹ ਵੀ ਸਿਲੈਕਟਿਵ, ਜਿਵੇਂ ਹੁਣ ਜੇ 10 ਨੇ 10 'ਚੋਂ 5 ਕਰਦੇ ਆ ਉਹ,
ਓਕੇ ਤੇ ਪੰਜ ਅੱਗੇ ਕਰ ਦਿੰਦੇ ਆ। ਬਾਕੀ ਕੋਰਟਾਂ 'ਤੇ ਵੀ ਡਿਪੈਂਡ ਕਰਦਾ ਕਿੱਥੇ ਆ, ਜਿਵੇਂ ਹੁਣ ਕਈ ਕੋਰਟਾਂ ਜਿਹੜੇ ਜੱਜ ਨੇ ਖਾਸ ਕਰਕੇ ਨਿਊਯਾਰਕ ਜਾਂ ਕੈਲੀਫੋਰਨੀਆ 'ਚ, ਜਿਹੜੀ ਨਿਊਯਾਰਕ ਦੀ ਕੋਰਟ ਆ ਉਹ ਤਾਂ ਬੰਦ ਹੀ ਆ, ਓਕੇ ਉਹ ਤਾਂ ਖੁੱਲ੍ਹੀ ਨਹੀਂ ਹੁੰਦੀ, ਉਹ ਤਾਂ ਹੁਣ ਬਾਈ ਜਨਵਰੀ ਤੱਕ ਬੰਦ ਆ, ਹੁਣ ਗਾਂਹ ਨੂੰ ਦੇਖੋ ਕੀ ਖੁੱਲ੍ਹਦੀ ਆ ਜੇ। ਅਤੇ ਜਿਹੜੀਆਂ ਬਾਕੀ ਕੈਲੀਫੋਰਨੀਆ ਦੀਆਂ ਕੋਰਟਾਂ ਨੇ ਜਾਂ ਨਿਊਯਾਰਕ ਨਿਊਜਰਸੀ ਦੀਆਂ ਨੇ ਜਾਂ ਸ਼ਿਕਾਗੋ ਦੀਆਂ ਹੋ ਗਈਆਂ ਜਾਂ ਸਿਆਟਲ ਦੀਆਂ, ਕਲੀਵਲੈਂਡ, ਓਹਾਇਓ ਦੀਆਂ, ਉਹ ਸਾਰੀਆਂ ਖੁੱਲ੍ਹੀਆਂ। ਮਾਸਟਰ ਡੇਟਾਂ ਉਹ ਅੱਗੇ ਦੇ ਰਹੇ, ਜਿਹੜੀ ਫਾਈਨਲ ਡੇਟਾਂ ਕਰ ਰਹੇ ਨੇ, ਪਰ ਉਹ ਸਾਰੀਆਂ ਨਹੀਂ ਕਰ ਰਹੇ। ਜਿਵੇਂ ਹੁਣ ਫਰਜ਼ ਕਰੋ ਆਹ ਮਹੀਨੇ ਦੇ ਵਿੱਚ 10 ਲੱਗੀਆਂ ਨੇ ਇੱਕ ਜੱਜ ਕੋਲ, ਉਹ 5 ਕਰਨੀਆਂ ਹੁਣ, ਹੁਣ 5 ਉਹ ਆਪਣੇ ਹਿਸਾਬ ਨੇ ਗਾਂਹ ਕਰ ਦਿੰਦੇ ਆ ਜੀ ਜੀ, ਅਤੇ ਆਪਣੇ ਹਿਸਾਬ ਨਾਲ ਜਿਹੜੀ ਕਰਨੀਆਂ ਨੂੰ ਕਰੀ ਜਾਂਦੇ ਆ ਇਸ ਤਰ੍ਹਾਂ। ਸੋ ਅਜੇ ਇਹ ਸਾਨੂੰ ਲੱਗ ਰਿਹਾ ਵੀ ਜਦੋਂ ਵੈਕਸੀਨੇਸ਼ਨ ਲੱਗ ਜੂਗੀ ਸਾਰਿਆਂ ਨੂੰ, ਉਦੋਂ ਬਾਅਦ ਮਾਸਟਰ ਡੇਟਾਂ ਸ਼ੁਰੂ ਹੋਣਗੀਆਂ ਨੋਰਮਲ ਜੀ ਜੀ। ਅਗਲਾ ਸਵਾਲ ਹੈ ਜੀ, ਚਾਈਲਡ ਸਟੇਟਸ ਪ੍ਰੋਟੈਕਸ਼ਨ ਕਦੋਂ ਸ਼ੁਰੂ ਹੁੰਦਾ, ਜਦੋਂ ਫਾਈਲ ਲੱਗਦੀ ਹੈ ਜਾਂ ਜਦੋਂ ਕੇਸ ਚੱਲਦਾ? ਨਹੀਂ, ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਤਾਂ ਬੇਸਿਕਲੀ ਇੱਕ ਐਕਟ ਹੈਗਾ ਜਿਹੜਾ ਕਿ ਪ੍ਰੈਜੀਡੈਂਟ ਬੁਸ਼ ਵੇਲੇ ਬਣਿਆ ਸੀ। ਉਹਦਾ ਮਤਲਬ ਇਹ ਸੀਗਾ ਕਿ ਜੇ ਕਿਸੇ ਨੇ ਕਿਸੇ ਦਾ ਆਪਣੇ ਭਰਾ ਭੈਣ ਦਾ ਅਪਲਾਈ ਕੀਤਾ ਅਤੇ ਉਹਦੇ ਜਿਹੜੇ ਬੱਚੇ ਹੈਗੇ ਆ ਉਹ 21 ਸਾਲ ਤੋਂ ਘੱਟ ਆ, ਤਾਂ ਉਹਨੂੰ ਜੇ 12-13-15 ਸਾਲ ਲੱਗ ਰਹੇ ਆ ਤਾਂ ਉਦੋਂ 21 ਤੋਂ ਉੱਪਰ ਹੋ ਗਏ, ਤਾਂ ਏਜ ਆਊਟ ਨਾ ਹੋਣ, ਇਹ ਸਮਝਿਆ ਜਾਵੇ ਵੀ 21 ਤੋਂ ਘੱਟ ਹੀ ਆ ਜੀ ਜੀ। ਸੋ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਜਿਹੜੀ ਕਵਰੇਜ ਆ ਉਹ ਤਾਂ ਜਦੋਂ ਤੁਸੀਂ ਪਟੀਸ਼ਨ ਕਰਨੀ ਆ ਉਦੋਂ ਹੀ ਸ਼ੁਰੂ ਹੋ ਜਾਂਦੀ ਆ, ਪਰ ਉਹਦੀ ਕੈਲਕੂਲੇਸ਼ਨ ਆ ਇੱਕ ਕਿ ਜਦੋਂ ਪਟੀਸ਼ਨ ਅਪਰੂਵ ਹੁੰਦੀ ਆ ਉਸ ਟਾਈਮ 'ਤੇ ਕਿੰਨੀ ਉਮਰ ਆ ਬੱਚਿਆਂ ਦੀ, ਠੀਕ ਆ, ਉਹਦਾ ਇੱਕ ਹਿਸਾਬ ਕਿਤਾਬ ਜਿਹਾ ਹੁੰਦਾ। ਉਹ ਕੈਲਕੂਲੇਸ਼ਨ ਦੇ ਵਿੱਚ ਜੇ ਤੁਸੀਂ ਆਉਂਦੇ ਆ ਤਾਂ ਤੁਹਾਡੇ 'ਤੇ ਲਾਗੂ ਹੁੰਦਾ, ਜੇ ਨਹੀਂ ਆਉਂਦੇ ਫਿਰ ਨਹੀਂ ਹੁੰਦਾ ਜੀ ਜੀ ਜੀ। ਅਗਲਾ ਸਵਾਲ ਹੈ ਜੀ, ਮੇਰੇ ਹਸਬੈਂਡ USA ਇਮੀਗ੍ਰੈਂਟ ਵੀਜ਼ਾ ਲੱਗ ਗਿਆ ਸੀ ਪਰ ਐਂਟਰੀ ਡੇਟ ਕੋਵਿਡ ਕਰਕੇ ਓਵਰ ਹੋ ਗਈ, ਨਵੀਂ ਡੇਟ ਲੈਣ ਲਈ ਇਮੀਗ੍ਰੇਸ਼ਨ ਤੋਂ ਕਿਵੇਂ ਲੈ ਸਕਦੇ ਹਾਂ? ਦੇਖੋ, ਉਹ ਤਾਂ ਫਿਰ ਇਮੀਗ੍ਰੇਸ਼ਨ ਨਾਲ, ਅੰਬੈਸੀ ਨਾਲ ਹੀ ਕੰਟੈਕਟ ਕਰਨਾ ਪੈਣਾ ਇਹਨਾਂ ਨੂੰ, ਅਤੇ ਉਹ ਕਰਕੇ ਉਹਨਾਂ ਨਾਲ ਸੰਪਰਕ ਕਰਨ। ਹੁਣ ਜਦੋਂ ਆਹ ਕੋਵਿਡ ਕਰਕੇ ਅੰਬੈਸੀ ਬਹੁਤ ਘੱਟ ਇੰਟਰਵਿਊਆਂ ਕਰ ਰਹੀ ਆ, ਹੋ ਸਕਦਾ ਇੰਟਰਵਿਊ ਨਾ ਵੀ ਮਿਲੇ ਇਹਨਾਂ ਨੂੰ। ਓਕੇ, ਜਦੋਂ ਕੋਵਿਡ ਹਟਦਾ ਉਦੋਂ ਬਾਅਦ ਕੰਟੈਕਟ ਕਰਕੇ, ਤਾਂ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਹੈਗੀ ਹੈ ਇਹ ਕਾਫੀ ਲਿਬਰਲ ਨੇ, ਅਤੇ ਉਹ ਟਰੰਪ ਵਾਲੀ ਗੱਲ ਤਾਂ ਹੈ ਨਹੀਂ, ਜੇ ਟਰੰਪ ਹੁੰਦਾ ਫਿਰ ਤਾਂ ਅਸੀਂ ਕਹਿੰਦੇ ਸੀ ਵੀ ਚਾਂਸ ਘੱਟ ਆ, ਪਰ ਬਾਈਡਨ ਵੇਲੇ ਚਾਂਸ ਹੈਗਾ। ਸੋ ਹੋ ਸਕਦਾ ਵੀ ਇਹ ਰੂਲ ਹੀ ਬਣਾ ਲੈਣ ਵੀ ਜਿਹੜੇ ਬੰਦੇ ਕੋਵਿਡ ਕਰਕੇ ਵਿਚਾਰੇ ਨਹੀਂ ਆ ਸਕੇ ਜੀ ਸਾਰੇ ਆ ਜਾਓ। ਸੋ ਇਹਦੇ 'ਚ ਜਦੋਂ ਆ ਥੋੜ੍ਹਾ ਹੁੰਦਾ ਜਿਵੇਂ ਜਿਹੜਾ ਹੈਗਾ ਸਿਚੁਏਸ਼ਨ ਨੋਰਮਲ, ਉਦੋਂ ਅਪਲਾਈ ਕਰਨ ਜੀ। ਅਗਲਾ ਸਵਾਲ ਹੈ ਜੀ, F3 ਕੇਸ ਨੂੰ ਵੀਜ਼ਾ ਬੁਲੇਟਿਨ 'ਤੇ ਕਿਹੜੀ ਡੇਟ ਦੇਖੀ ਜਾਂਦੀ ਹੈ? ਡੇਟ ਫੋਰ ਫਾਈਲਿੰਗ, ਫੈਮਿਲੀ ਸਪੋਂਸਰਡ ਵੀਜ਼ਾ ਜਾਂ ਫਿਰ ਫਾਈਨਲ ਐਕਟਿਵ ਡੇਟ, ਅਤੇ ਦੋਵਾਂ ਦਾ ਡਿਫਰੈਂਸ ਕੀ ਹੈ? ਇਹ ਸਾਰੀਆਂ ਦੇਖੀਆਂ ਜਾਂਦੀਆਂ ਨੇ। ਉਹ ਬੇਸਿਕਲੀ ਤਾਂ ਇਹ ਹੈਗਾ ਵੀ ਜਿਹੜੀ ਡੇਟ, ਮਤਲਬ ਇੱਕ ਤਾਂ ਉਹ ਡੇਟ ਹੁੰਦੀ ਆ ਵੀ ਜਦੋਂ ਵਿੱਚ ਕਿ ਉਹ ਹੁਣ ਵੀਜ਼ਾ ਨੰਬਰ ਜਿਹੜਾ ਅਵੇਲੇਬਲ ਹੈ ਉਹ ਵੀਜ਼ੇ ਦੇ ਰਹੇ ਨੇ ਜੀ। ਇੱਕ ਉਹ ਹੈਗੀ ਆ ਕਿ ਜਦੋਂ ਉਹਨਾਂ ਨੂੰ ਇਹ ਲੱਗਦਾ ਵੀ 6 ਮਹੀਨੇ ਰਹਿ ਗਏ ਅਤੇ ਵੀ ਹੁਣ ਆਪਣੇ ਜਿਹੜਾ ਪੇਪਰ ਵਰਕ ਉਹ ਸ਼ੁਰੂ ਕਰਨ ਅਤੇ ਵੀਜ਼ਾ ਇਹਨਾਂ ਦਾ ਆਉਣ ਵਾਲਾ ਆ, ਅਤੇ ਦੋਨੇ ਡੇਟਾਂ ਦੇਖਣੀਆਂ ਚਾਹੀਦੀਆਂ ਨੇ, ਜਿਹੜੀ ਐਕਚੁਅਲ ਅਵੇਲੇਬਲ ਵੀ ਆ ਅਤੇ ਪਲੱਸ ਜਿਹੜੀ ਡੇਟ, ਕਿਉਂਕਿ ਜੇ ਫਰਜ਼ ਕਰੋ ਹੁਣ ਅੱਜ ਡੇਟ ਅਵੇਲੇਬਲ ਆ ਕੋਈ ਜਿਵੇਂ ਮਾਰਚ ਚੱਲ ਰਿਹਾ ਅਤੇ ਉਹਦੇ ਵਿੱਚ ਇੱਕ ਤਾਂ ਮਾਰ ਤਾਂ ਚੱਲ ਹੀ ਰਿਹਾ, ਪਰ ਜਿਹੜਾ ਸਤੰਬਰ ਅਕਤੂਬਰ ਦਾ ਉਹ ਵੀ ਸ਼ੋ ਹੋਣਾ ਸ਼ੁਰੂ ਹੁੰਦਾ, ਮਤਲਬ ਇਹ ਹੁੰਦਾ ਵੀ ਬੰਦੇ ਆਪਣੇ ਪੇਪਰ ਵਰਕ ਸਾਰੇ ਇਕੱਠੇ ਕਰ ਲੈਣ ਜੀ ਜੀ ਜੀ। ਸੋ ਦੋਨੇ ਇੰਪੋਰਟੈਂਟ ਆ। ਦੋਸਤੋ, ਇਹ ਸਵਾਲ ਸਨ ਜਿਹੜੇ ਤੁਸੀਂ ਸਾਨੂੰ ਯੂਟਿਊਬ ਰਾਹੀਂ ਜਾਂ ਸਾਨੂੰ ਈਮੇਲ ਕਰਕੇ ਭੇਜਦੇ ਹੋ। ਇਮੀਗ੍ਰੇਸ਼ਨ ਬਾਬਤ ਕੋਈ ਵੀ ਅਜਿਹਾ ਸਵਾਲ ਤੁਹਾਡੇ ਮਨ ਵਿੱਚ ਹੈ, ਤੁਹਾਡਾ ਜ਼ਰੂਰੀ ਹੈ, ਉਹ ਸਾਨੂੰ ਯੂਟਿਊਬ ਚੈਨਲ 'ਤੇ ਵੀ ਸਾਨੂੰ ਤੁਸੀਂ ਪੁੱਛ ਸਕਦੇ ਹੋ। ਸਾਡਾ ਯੂਟਿਊਬ ਚੈਨਲ ਦਾ ਪੰਜਾਬ ਮੇਲ USA, ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਅਪਡੇਟ ਹੈ ਇਮੀਗ੍ਰੇਸ਼ਨ ਬਾਬਤ ਉਹ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ। ਸਰਦਾਰ ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।